जस्टिव देख रहे हो तुसीं, मैं केपी सिंह तुहाडा स्वागत करदा। तकरीबन 28 दहाकियां तों असीं इह गल सुन रहे आ रहे हां कि पंजाब दा खजाना खाली है। पंजाब दा खजाना ना खाली हो सकदा ना भरिया हो सकता है। पंजाब दा खजाना आई चलाई ते हुंदा, इह सारियां सरकारां दा खजाना इदां दा हुंदा, पर पंजाब दा खजाना खाली हुंदा इक जुमला पता नहीं क्यों सुट्टिया जांदा। ते जदों इस नूं जुमला किहा जांदा ते उस जुमले दे विचाले जदों विरोधी धिरां इह कहिण कि साडे तों सलाह लै लो ते माफ़ी ते नकेल पा लो ते पंजाब दा खजाना भर जाएगा, उसका मतलब है की है? ते जदों किसान इंडस्ट्री ते इकोनमिस्ट होर तरीके ना समझन लापन कि पंजाब आ जिहड़ा उह जाण बुझ के इस तरह का खाली दिखाया जा रहा है, पर इस सब दे विचाले जदों आंकड़े सामने आउंदे आ 2 लाख करोड़ तों उपर वध दा खर्चा ते उस दे नाल जिहड़ा व्याज भरना पै रहा ते अगले सालों दे विच होर व्याज भरिया जाएगा, GST रिफंड का रौला पाया जा रहा ते उस रौले दे विचाले जिहड़ी GST सहायता मिल रही है वह भी बंद हो जाएगी, उस तों बाद पंजाब की करेगा? बहुत सारे सवाल इहो जिहे होणगे। पंजाब दा खजाना मंत्री कमज़ोर हैगा जां पंजाब दा खजाना कमज़ोर हैगा जां पंजाब टैक्स कलैक्शन दे विच कमज़ोर हैगा जां पंजाब दी नीत खराब है की है? बहुत सारे सवाल होणगे। पंजाब दा खजाना खाली क्यों? अज ये डिबेट क्यों करनी पै रही है? पहला टू द पॉइंट में तुहानू पॉइंट टू पॉइंट दस दिए, सूबाई खजाना मंत्रालय ने महकमिया नू नोटिस भेजी है कि ਤੁਸੀਂ ਆਪਣੇ ਖਰਚੇ ਘਟਾਓ ਅਤੇ ਰੋਕਾਂ ਲਗਾਓ। ਸਿਆਸਤ ਬਾਕੀ ਆ, ਨੋਟਿਸ ਰਾਹੀਂ ਮਹਿਕਮਿਆਂ ਬੋਰਡਾਂ ਅਤੇ ਕਾਰਪੋਰੇਸ਼ਨ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ। ਸਰਕਾਰੀ ਖਰਚੇ ਵਿੱਚ 20% ਕਟੌਤੀ ਅਤੇ 3 ਮਹੀਨੇ ਤੱਕ ਕੋਈ ਟੈਂਡਰ ਨਾ ਕਰਨ ਦੇ ਹੁਕਮ ਦਿੱਤੇ ਗਏ ਆ। ਟੈਂਡਰ ਜਾਰੀ ਕਰਨ ਤੋਂ ਪਹਿਲਾਂ ਵਿੱਤ ਵਿਭਾਗ ਤੋਂ ਮਨਜ਼ੂਰੀ ਲੈਣੀ ਪਵੇਗੀ ਜੇ ਕੋਈ ਐਮਰਜੈਂਸੀ ਹੈਗੀ ਹੈ ਤਾਂ। ਸਰਕਾਰ ਦੇ ਨੋਟਿਸ 'ਤੇ ਵਿਰੋਧੀ ਧਿਰ ਹਮਲਾਵਰ ਹੋਈ ਹੈ। ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਆਮ ਆਦਮੀ ਪਾਰਟੀ ਕਹਿੰਦੀ ਹੈ ਸਾਰੇ ਮਾਫੀਆਂ 'ਤੇ ਠੱਲ ਪਾ ਕੇ ਸਰਕਾਰੀ ਖਜ਼ਾਨਾ ਭਰੇ ਸਰਕਾਰ। ਇਹ ਸਲਾਹ ਬੜੀ ਸੌਖੀ ਹੈਗੀ ਹੈ, ਪਰ ਇਸ ਨੂੰ ਇੰਪਲੀਮੈਂਟ ਕਿਵੇਂ ਕੀਤਾ ਜਾਵੇਗਾ? ਆਮ ਆਦਮੀ ਪਾਰਟੀ ਸਨ ਸ਼੍ਰੋਮਣੀ ਅਕਾਲੀ ਦਲ ਨੇ ਵੀ ਖਰਾਬ ਵਿੱਤੀ ਹਾਲਤ ਲਈ ਸਰਕਾਰ ਨੂੰ ਘੇਰਿਆ ਹੈਗਾ। ਪਹਿਲਾਂ ਵੀ ਅਕਾਲੀ ਦਲ ਸਰਕਾਰ ਘੇਰਦਾ ਰਿਹਾ ਅਤੇ ਹੁਣ ਵੀ ਘੇਰਿਆ। ਉਹਨਾਂ ਕਹਿੰਦੇ ਸਾਨੂੰ ਵਾਪਸ ਦੇ ਦਿਉ, ਅਸੀਂ ਆਪੇ ਖਜ਼ਾਨਾ ਭਰ ਦੇਵਾਂਗੇ। ਮੌਜੂਦਾ ਸਰਕਾਰ ਪਿਛਲੀ ਅਕਾਲੀ ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਦੱਸ ਰਹੀ ਹੈ। ਹਜੇ ਵੀ ਉਹ ਇਸੇ ਮੂਡ ਵਿੱਚ ਹੈਗੀ ਹੈ ਕਿ ਹੁਣੇ ਬਣੀ ਹੈ ਸਰਕਾਰ, ਪਰ 3 ਸਾਲ ਹੋ ਗਏ ਜਨਾਬ, ਜਵਾਬ ਤਾਂ ਤੁਹਾਨੂੰ ਦੇਣਾ ਪਵੇਗਾ। ਇਸ ਕਰਕੇ ਸਵਾਲ ਇਹ ਪੁੱਛ ਰਹੇ ਹਾਂ, ਸਵਾਲ ਇਹ ਪੁੱਛਿਆ ਜਾ ਰਿਹਾ ਖਰਚਿਆਂ 'ਚ ਕਟੌਤੀ ਦਾ ਹੁਕਮ ਦੇ ਕੇ ਪੰਜਾਬ ਸਰਕਾਰ ਨੇ ਖਜ਼ਾਨੇ ਬਾਰੇ ਕੀ ਮੰਨਿਆ ਹੈਗਾ? ਇਸ ਸਵਾਲ 'ਤੇ ਡਿਬੇਟ ਕਰਾਂਗੇ। ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਹਮੀਤ ਸਿੰਘ ਸੀਨੀਅਰ ਜਰਨਲਿਸਟ ਨੇ, ਹਮੀਤ ਸਿੰਘ ਹਰਾਂ ਦੀ ਚੰਗੀ ਪਕੜ ਹੈਗੀ ਹੈ ਇਸ ਪੂਰੇ ਮਾਮਲੇ ਦੇ ਬਾਰੇ, ਅਤੇ ਸਰਕਾਰਾਂ ਕਿਸ ਤਰੀਕੇ ਨਾਲ ਖਜ਼ਾਨਾ ਖਾਲੀ ਕਹਿ ਕੇ ਆਪਣਾ ਪੱਲਾ ਝਾੜਦੀਆਂ ਹੈਗੀਆਂ। ਹਮੀਤ ਸਿੰਘ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਹਮੀਤ ਸਿੰਘ ਹਰਾਂ ਦਾ ਇੱਕ ਲੰਬਾ ਤਜਰਬਾ ਪੱਤਰਕਾਰਤਾ ਦੇ ਵਿੱਚ ਹੈਗਾ, ਅਤੇ ਜਦੋਂ ਖਜ਼ਾਨਾ ਵਿਭਾਗ ਹੈ ਜਿਹੜਾ ਇਹੋ ਜਿਹੇ ਨੋਟਿਸ ਜਾਰੀ ਕਰਦਾ ਉਹਦਾ ਮਤਲਬ ਕੀ ਹੈ? ਰੂਟੀਨ ਨੋਟਿਸ ਵੀ ਹੋ ਸਕਦੇ ਆ, ਇਹਦਾ ਕੋਈ ਵੱਡਾ ਮਤਲਬ ਹੀ ਨਹੀਂ ਹੋ ਸਕਦਾ ਜਾਂ ਵੱਡਾ ਮਤਲਬ ਕੱਢਿਆ ਜਾ ਸਕਦਾ। ਹਮੀਤ ਸਿੰਘ ਸਮਝਣ ਦੀ ਕੋਸ਼ਿਸ਼ ਕਰਾਂ। ਹਮੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਡਾਕਟਰ ਰਾਜੀਵ ਖੋਸਲਾ ਇਕਨੋਮਿਸਟ ਨੇ, ਅਰਥਸ਼ਾਸਤਰੀ ਨੇ, ਅਤੇ ਇਹਨਾਂ ਸਮਝਣ ਦੀ ਕੋਸ਼ਿਸ਼ ਕਰਾਂਗੇ GST ਰਿਫੰਡ ਦਾ ਰੌਲਾ ਉੱਥੋਂ ਤੱਕ ਸੀਮਤ ਰੱਖਿਆ ਜਾਵੇ ਜਿਸ ਡਿਬੇਟ ਨੂੰ ਹੋਰ ਖੋਲ੍ਹਿਆ ਜਾਵੇ, ਜਾਂ GST ਦੀ ਜਿਹੜੀ ਸਹਾਇਤਾ ਮਿਲ ਰਹੀ ਹੈਗੀ ਹੈ ਕੇਂਦਰ ਸਰਕਾਰ ਤੋਂ, ਉਸ ਤੋਂ ਬਾਅਦ ਪੰਜਾਬ ਦਾ ਹਾਲ ਕੀ ਹੋਵੇਗਾ, ਇਹ ਸਾਰਾ ਕੁਝ ਇਹਨਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਡਾਕਟਰ ਰਾਜੀਵ ਖੋਸਲਾ ਹਰਾਂ ਦੇ ਅੱਗੇ ਇਹ ਸਵਾਲ ਵੀ ਹੋਵੇਗਾ, 5 ਟ੍ਰਿਲੀਅਨ ਦੇ ਦਾਅਵੇ ਵਾਲੇ ਮੁਲਕ ਵਿੱਚ ਪੰਜਾਬ ਆ ਜਿਹੜਾ ਉਹ ਕੰਗਾਲੀ ਦੇ ਕਗਾਰ 'ਤੇ ਕਿਉਂ ਖੜਾ ਗਿਆ? ਖੋਸਲਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਮੇਅਰ ਸਿੰਘ ਥੇੜੀ BKU ਸਿੱਧੂਪੁਰ ਦੇ ਸੀਨੀਅਰ ਲੀਡਰ ਨੇ, ਥੇੜੀ ਸਾਹਿਬ ਹਰੀ ਲੰਬੇ ਸਮੇਂ ਤੋਂ ਡਿਮਾਂਡ ਕਰਦੇ ਆ ਰਹੇ ਆ ਕਿ ਕਿਸਾਨਾਂ ਨੂੰ ਉਹਨਾਂ ਬਣਦਾ ਹੱਕ ਦਿੱਤਾ ਜਾਵੇ। ਜੋ NGT ਵਿੱਚ ਸੁਣਵਾਈਆਂ ਹੁੰਦੀਆਂ ਉਦੋਂ ਇੱਕੋਦਮ 400-500 ਕਰੋੜ ਰੁਪਇਆ ਨਿਕਲ ਆਉਂਦਾ, ਉਦੋਂ ਪਤਾ ਨਹੀਂ ਕਿੱਥੋਂ ਖਜ਼ਾਨਾ ਆ ਜਾਂਦਾ। ਇਹੋ ਜਿਹੇ ਸਵਾਲ ਥੇੜੀ ਸਾਹਿਬ ਦੇ ਸਾਹਮਣੇ ਵੀ ਖੜੇ ਹੈਗੇ ਆ ਕਿ ਜਦੋਂ ਅਸੀਂ ਬੋਨਸ ਮੰਗਦੇ ਹਾਂ ਉਦੋਂ ਸਰਕਾਰਾਂ ਕਹਿੰਦੀਆਂ ਸਾਡੇ ਕੋਲ ਹੈ ਨਹੀਂ, ਪਾਣੀ ਦੀਆਂ ਵਿਛਾਣਾ ਦਿੱਤੀਆਂ ਜਾਂਦੀਆਂ, ਡਾਂਗਾਂ ਮਾਰੀਆਂ ਜਾਂਦੀਆਂ, ਉਦੋਂ ਫਿਰ ਸਰਕਾਰ ਕੀ ਕਰਦੀ ਹੈਗੀ ਹੈ? ਸਰਕਾਰ ਕੋਲ ਖਜ਼ਾਨਾ ਕਿਸ ਲਈ ਹੈਗਾ? ਸਵਾਲ ਇਹ ਥੇੜੀ ਸਾਹਿਬ ਤੋਂ ਹੋਣਗੇ। ਥੇੜੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਰਮੇਸ਼ ਚਾਵਲਾ ਇੰਡਸਟਰੀਅਲਿਸਟ ਨੇ, ਮੋਹਾਲੀ ਇੰਡਸਟਰੀ ਐਸੋਸੀਏਸ਼ਨ ਨਾਲ ਜੁੜੇ ਹੋਏ ਨੇ। ਇਹਨਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਇੰਡਸਟਰੀ ਦਾ ਜਿਹੜਾ ਪੂਲ ਹੁੰਦਾ ਪੰਜਾਬ ਦੇ ਖਜ਼ਾਨੇ ਦੇ ਵਿੱਚ, ਉਹ ਪੂਲ ਕਿਉਂ ਕਟਿਆ ਹੈਗਾ, ਅਤੇ ਸਵਾਲ ਇਹ ਵੀ ਹੋਵੇਗਾ ਇੰਡਸਟਰੀ ਪਲਾਨ ਕਿਉਂ ਕਰਕੇ, ਅਤੇ ਉਸ ਤੋਂ ਬਾਅਦ ਜਿਹੜੀ ਵਾਪਸੀ ਦੀ ਉਮੀਦ ਹੈਗੀ ਇੰਡਸਟਰੀ ਦੀ, ਉਹ ਵਾਪਸ ਆ ਰਹੀ ਹੈ ਜਾਂ ਸਿਰਫ ਇੱਕ ਖੋਖਲੇ ਦਾਅਵੇ ਕੀਤੇ ਜਾ ਰਹੇ ਆ ਜਿਹੜੇ MOU ਸਾਈਨ ਕੀਤੇ ਜਾ ਰਹੇ? ਉਹਨਾਂ ਸਮਝ ਦੀ ਕੋਸ਼ਿਸ਼ ਕਰ। ਰਮੇਸ਼ ਵਾਲਾ ਤੁਹਾਡਾ ਬਹੁਤ ਸਵਾਗਤ ਹੈ। ਹਮੀਤ ਸਿੰਘ ਜੀ, ਸਵਾਲ ਸਭ ਤੋਂ ਪਹਿਲਾਂ ਤੁਹਾਨੂੰ ਕਰਨਾ ਚਾਹੂੰਗਾ। ਹਮੀਤ ਸਿੰਘ ਜੀ, ਸਵਾਲ ਬੜਾ ਸਿੱਧਾ, ਤੁਹਾਡਾ ਵੀ ਬੜਾ ਲੰਬਾ ਤਜਰਬਾ ਪੱਤਰਕਾਰਤਾ ਦੇ ਵਿੱਚ, ਅਤੇ ਜਿੰਨਾ ਕੁ ਅਸੀਂ ਸਮਝ ਪਾਏ ਹਾਂ ਜਦੋਂ ਵੀ ਸਰਕਾਰ ਕੋਈ ਬਦਲਦੀ ਹੈ ਤਾਂ ਪਿਛਲੀ ਸਰਕਾਰ ਦੇ ਸਿਰ ਇੱਕ ਭਾਂਡਾ ਭੰਨਿਆ ਜਾਂਦਾ ਕਿ ਉਹ ਸਰਕਾਰ ਖਜ਼ਾਨਾ ਖਾਲੀ ਕਰਕੇ, ਖਜ਼ਾਨਾ ਤਾਂ ਕਦੇ ਖਾਲੀ ਹੋ ਹੀ ਨਹੀਂ ਸਕਦਾ ਹਮੀਤ ਸਿੰਘ ਜੀ, ਪਰ 2.5 ਦਹਾਕਿਆਂ ਤੋਂ ਇਹੀ ਸੁਣ ਰਹੇ ਹਾਂ। ਇੱਕ ਸਮਾਂ ਸੀ ਜਦੋਂ 12,000 ਕਰੋੜ ਦਾ ਕਰਜ਼ਾ ਸੀ ਅਤੇ ਅੱਜ ਸਮਾਂ 2,12,000 ਕਰੋੜ ਤੋਂ ਉੱਪਰ ਹੈ। ਬਿਲਕੁਲ, ਅਪ ਡਾਊਨ ਤਾਂ ਆਉਂਦੇ ਰਹਿੰਦੇ ਨੇ ਹਮੇਸ਼ਾ, ਪਰਿਵਾਰਾਂ 'ਚ ਵੀ, ਸਰਕਾਰਾਂ 'ਚ ਵੀ, ਸਾਰੇ ਕਿਤੇ। ਸਵਾਲ ਕੇਵਲ ਇਹ ਹੁੰਦਾ ਕਿ ਤੁਸੀਂ ਮੈਨੇਜ ਕਿਵੇਂ ਕਰਦੇ ਹੋ ਆਪਣੇ ਖਰਚਿਆਂ ਨੂੰ ਅਤੇ ਆਪਣੀ ਆਮਦਨ ਨੂੰ, ਦੋਨਾਂ ਚੀਜ਼ਾਂ ਦਾ ਤਵਾਜ਼ਨ ਕਿਵੇਂ ਬਿਠਾਉਂਦੇ ਹੋ? ਬੜੇ ਲੰਮੇ ਸਮੇਂ ਤੋਂ ਇਹ ਹੋ ਗਿਆ, 2-2.5 ਦਹਾਕਿਆਂ ਤੋਂ ਬਾਅਦ ਖਾਸ ਤੌਰ 'ਤੇ ਸਿਆਸਤ ਦੇ ਵਿੱਚ, ਸਿਆਸਤ ਹੀ ਬਿਜ਼ਨਸ ਦਾ ਰੂਪ ਲੈ ਚੁੱਕੀ ਹੈ, ਬਿਜ਼ਨਸ 'ਚ ਟਰਨ ਕਰ ਚੁੱਕੀ ਹੈ। ਪਹਿਲਾਂ ਸਿਆਸਤਦਾਨ ਥੋੜ੍ਹੇ ਜਿਹੇ ਬਿਜ਼ਨਸ ਤੋਂ ਅਲੱਗ ਰਹਿੰਦੇ ਸੀ, ਪੋਲਿਸੀ 'ਚ ਯਕੀਨ ਰੱਖਦੇ ਸੀ, ਔਰ ਜਿਹੜਾ ਕਲੈਸ਼ ਆਫ ਇੰਟਰਸਟ ਨਹੀਂ ਸੀ ਹੁੰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿ ਮੈਂ ਬਿਜ਼ਨਸਮੈਨ ਵੀ ਹਾਂ, ਮੈਂ ਮੰਤਰੀ ਵੀ ਹਾਂ, ਮੈਂ ਮੈਂ ਤੁਹਾਡੇ ਸਵਾਲ ਦੇ ਨਾਲ ਇੱਕ ਸਵਾਲ ਲੈਣਾ ਚਾਹੁੰਦਾ ਹਮੀਤ ਸਿੰਘ ਜੀ। ਤੁਹਾਡਾ ਮੇਰਾ ਖਿਆਲ 3 ਦਹਾਕਿਆਂ ਤਕਰੀਬਨ ਤੁਹਾਡੇ ਪੱਤਰਕਾਰ ਤਜਰਬਾ ਹੋਊਗਾ, ਪੰਜਾਬ ਦਾ ਖਜ਼ਾਨਾ ਖਾਲੀ ਕਰਨ ਦੀਆਂ ਖਬਰਾਂ ਤੁਸੀਂ ਵੀ ਬਹੁਤ ਵਾਰੀ ਲਿਖ ਚੁੱਕੇ ਹੋ,
कि कदे किसी वड्डे घराने का खजाना खाली होया जिन्होंने पंजाब के मालिए ते कब्जा किया होया कि इन्हां बारे कोई त्रासदी की खबर तुहाडे कोल कदी आई है? नहीं, मैं यही गल कर रहा कि जो बिजनेस पॉलिटिक्स बन जाती है तो जिहड़ा बंदा एक बार पॉलिटिक्स च आ गया MLA बन गया मंत्री बन गया वह कई गुणा अमीर हो जाता है इको टर्म के यदा मतलब पैसे तो पंजाब के खजाना शिफ्ट हो रहा ना खजाना शिफ्ट हो रहा इंडिविजुअल परसनल जोड़े पासे के जोड़ा समाज भलाई का समाज को ठीक रखने का और जिम्मे अंदाजा लाओ जो पिछले लंबे समय के भी गौरमेंट टिक भी रहे आ गौरमेंट है इतों पहला अकाली BJP से 10 साल उस तो पहला से गौरमेंट सिर भी करजा लगातार बढ़ रहा है तो समाज के एक बड़े व्डे वर्ग के सिर भी करजा लगातार बढ़ रहे हैं। जेकर गौरमेंट सिर लगभग 2.25 लाख करोड़ रुपए का कर्जा जो 31 मार्च तक एक अनुमान है कि हो जाना है और इस तरह पंजाब के किसान सिर भी संस्थागत कर्जा 1 लाख करोड़ रुपया हो गया प्राइवेट कर्जे तो अलावा और इहदा मतलब यह है कि पैसा कुछ क थावां ते एकत्रित किसी ना किसी रूप के हो गया बाकी साडा सिस्टम कोलैप्स हो चुके हैं टोटली गवर्नेंस का सिस्टम कोलैप्स है पॉलिसी का सिस्टम कोलैप्स है और पंजाब दे विच कि दफ्तर के अपने आप काम होंदा कि प्रशासन अपने आप काम करता है किदे खिलाफ अज तक कार्रवाई हुई है और जिन्हें भी स्कैंडल आते हैं मान लो इरीगेशन का स्कैंडल आया पंजाबी ट्रिब्यून ने भी वो छापिया इरीगेशन का स्कैंडल जिसे 3 टॉप IAS का नाम आता है और गवर्नमेंट यह नहीं कि उन्होंने खिलाफ कार्रवाई करे गवर्नमेंट कहती है कि इनफॉर्मेशन लीक कितों हुई कमेटी इतने बिठाई जाती है कमेटी ये तो नहीं बिठाई जाती कि वह होया की है और इस तरह जिन्हें भी स्कैंडल साढ़े सामने जिहड़ियां भी चीज़ा आदि ने और जिहड़ा खजाना है सब तो पहला कट कितने लगता है फिर लगातार साडा प्रॉब्लम कितने आ रही है सब तो पहला कट पंजाब के गौरमेंट कॉलेजों के 20% रेगूलर स्टाफ है 1996 तो बाद केवल 70 बंदे भर्ती हुए हैं रेगूलर भर्ती हो नहीं हुई तो पढ़ाई का भविख की होएगा साडे स्कूलों का हस्पतालों का सरकारी हस्पतालों का हाल देख लो और जिथे तक कि वह है कि पंजाब ये की हो गया ये पंजाब का यूथ ना उम्मीद हो गया ना उम्मीद होने करके 1.5 लाख बच्चा हर साल स्टूडेंट वीजे से कनेडा आस्ट्रेलिया जां अमरीका कैप्टन साहब तो हुण कह रहे मैनूं दुख हुंदा तुसीं ना दुख साडा कोई बच्चा बाहर जावे ओह कहिंदे जे तकर कल्ले कल्ले बच्चे नूं नौकरी नहीं मिलदी मैं सियासत नहीं छड्डूंगा जे कैप्टन साहब नूं दुख हुंदा होवे तां उहनां दी कैबिनेट इह फैसला नहीं सी करदी कि असीं IELTS सरकारी स्कूलां भी पढ़ावांगे ओह चिंता इह करदी कि बच्चिआं नूं रोकिआ किवें बाहरले देश किवें अमीर होए उहनां ने हर टैलेंट चक लिआ वख-वख देशां दे विचों कि तूं बोर किन्ने पैसे लैणे ने तूं साडे आ और हर इंटेलीजेंट बच्चे पहला तो साइंटिस्टां तो लैके टीचरां तो लैके ये सारे बच्चे वो मिडल क्लास के बच्चे ने जिन्हां दी जेब च किवें भी करके 20-30 लाख खर्चण जोगी हैसियत है और तुसीं अंदाजा लाओ 10 साल बाद पंजाब दी हालत देखना 5 लाख बच्चा पहले ही चला गया 15 होर चला जाएगा किड्डी क मिडल क्लास है इत्थे सारे दे सारे जो इतने बजुर्ग रह गए पंजाब दे विच जब बहुत गरीब दलित रह गया खास तौर पर 32 लाख परिवार पिंडा च रहिंदा है जिदे चो 73% 5000 रुपए की आमदन तो भी घटते गुजारा करता है तो किहोजा पंजाब बचना ठीक है किहोजा पंजाब बचना थेड़ी साहब सरकार तो आप करजाई है इधरों तुसीं करजे जे डुबे हुए हो फिर तुसीं एक दूजे नूं क्यों मेहने मारते रहने हो उन्हां दा खजाना खाली है तुहाडे सिर ते करजा तुसीं भी डिमांड छड्ड दो सरकार नूं भी कह दो भाई तुसीं जिहड़ा वादा कीता सीगा हुण तुसीं मुकरे तां हैगे मुकर जो होर देखो सरकार का खजाना ना खाली हैगा तो ना कदे होया ये सरकार के खजाने तो एक पासों पैसा आता रहता तो दूजे पासे खर्च करना होंदा ये तो एक इन्होंने पखंड बनाया वै जे सरकार का खजाना खाली है तो ये अपने उत्ते 1 करोड़ रुपया खर्च कितों कर रहे हैं हर साल जदों इन्होंने अपनी तनखा वधाउणी आ तां 1 मिनट लगता तो सिर्फ एक मता पेश हुंदा ताड़ी बजदी है तो पास हो जाता ਉੱਥੇ ਖਜ਼ਾਨੇ ਵਿੱਚ ਪੈਸੇ ਕਿੱਥੋਂ ਆ ਜਾਂਦੇ ਤੁਹਾਨੂੰ ਲੱਗਦਾ ਪਖੰਡੀ ਸਰਕਾਰ ਹੈ ਪਖੰਡੀ ਕਾ ਪਖੰਡ ਇਹ ਤੋਂ ਪਹਿਲਾਂ ਵੀ ਸਰਕਾਰਾਂ ਪਖੰਡ ਕਰਦੀਆਂ ਰਹੀਆਂ ਕਿਸਾਨੀ ਨਾਲ ਤਾਂ ਹਮੇਸ਼ਾ ਹੀ ਸਭ ਸਰਕਾਰਾਂ ਨੇ ਪਖੰਡ ਕੀਤਾ ਹੈ ਕਦੇ ਕਿਸਾਨ ਦਾ ਹੱਕ ਹੈ ਜਿਹੜਾ ਉਹ ਕਿਸਾਨ ਨੂੰ ਦਿੱਤਾ ਨਹੀਂ ਗਿਆ ਹੁਣ ਤਾਂ ਖਾਸ ਤੌਰ ਉੱਤੇ ਇਹ ਗੱਲ ਹੋ ਗਈ ਹੈ ਨਾ ਵੀ ਇਹਨਾਂ ਦੇ ਖਜ਼ਾਨੇ ਕਿਸ ਤਰ੍ਹਾਂ ਭਰਦੇ ਆ ਜਿਹੜੇ ਟੁੱਟੇ ਹੋਏ ਸਾਈਕਲਾਂ ਦੇ ਉੱਤੇ ਪਿੰਡਾਂ 'ਚ ਘੁੰਮਦੇ ਫਿਰਦੇ ਹੁੰਦੇ ਸੀ ਅੱਜ ਉਹਨਾਂ ਦੇ ਕੋਲ ਵੱਡੀਆਂ ਵੱਡੀਆਂ ਗੱਡੀਆਂ ਵੱਡੇ ਵੱਡੇ ਫਾਰਮ ਤੇ ਟਰਾਂਸਪੋਰਟਰ ਉਹ ਕਿਸ ਤਰ੍ਹਾਂ ਬਣ ਗਏ ਅੱਜ ਉਹਨਾਂ ਦੀ ਜਾਂਚ ਕਿਉਂ ਨਹੀਂ ਕਰੀ ਜਾਂਦੀ ਕਿ ਇਹ ਪੈਸਾ ਆਇਆ ਤਾਂ ਕਿੱਥੋਂ ਆਇਆ ਬੇਸਿਕਲੀ ਮਾਫੀਆ ਤੁਸੀਂ ਜ਼ਿਕਰ ਕਰ ਰਹੇ ਹੋ ਮਾਫੀਆ ਜਿਹੜਾ ਉਹਦਾ ਜ਼ਿਕਰ ਕਰ ਰਹੇ ਹੋ ਤੁਸੀਂ
हाँ जी ठीक है, एक छोटा ब्रेक लवा, मैं छोटा ब्रेक ले लवा, एक छोटा ब्रेक लवेंगे, ब्रेक तो बाद वापस आवेंगे। खजाना बहाना तो सियासी निशाना, बहुत सारे यहोजे सवाल है कि जो सियासी निशाने तहत मारे जाते हैं, पर जो विरोधी पार्टियां कहदियां कि माफी तो नकेल कस लो, जो सरकार आदियां सी उदों पहलां कहदियां सीगियां जो चोणां हुंदियां तो उदों बड़े वड्डे वड्डे दावे किए जाते हैं, भी कहा जाता है कि असी जिहड़ा साडे जिहड़े नुमाइंदे हैगे उन्हां दा टैक्स भी आप अदा करांगे, उन्हां दा रिकॉर्ड भी पूरा रखांगे, बहुत सारे सवाल यहोजे भी हैगे है, पर जो सवाल यहोजे आउंदे आ कि गड्डियां नवीं लैके देवांगे उदों खजाने कित्थों आउंदे हैगे। ब्रेक वापस आके सारे सवाल होणगे जरूर, जिहड़ियां पेंशनां मिलदियां हैगियां वो पेंशनां इन्नियां क्यों मिलदियां पईआं, एक एक नुमाइंदे नूं 5-5 लख तक पेंशन क्यों पहुँचती हैगी, इह सवाल बड़ा महत्वपूर्ण है, इस सवाल नूं अड्रैस नहीं किया जा रहा पर मंच करेगा जरूर, वापस आ रहा। खर्चे च कटौती का हुक्म दे पंजाब सरकार ने खजाने बारे की मनिया, थड़ी साहब तुम अपनी गल पूरी कर लो फटाफट। इहदा मसला हुण इह है जी, जिहड़ा तुसीं कहा था भी किसान का खजाना भी खाली है, सरकार का भी खाली है, किसान का खाली हुंदा बहुत ज़्यादा खाली हो चुका है, क्योंकि किसान नूं तां अपनी फसल बेची दा अपनी फसल की कीमत ही नहीं मिल रही। सब तो पहला मैं आऊँगा गन्ने उत्ते, एक साल किसान गन्ने नूं बीजदा कोलों खर्च कर दिंदा ते दूजे साल इन्हां नूं बेच दिंदा, तीजे साल आ जिहड़ा इस अजे भी पिछले साल का 500 करोड़ के लगभग किसानां दा गन्ने का बकाया सरकार कनी पिया है, वो सरकार क्यों नहीं दवा रही जिहड़ा कोऑपरेटिव मिलदा। होर लेट होगा हुण, ये तो होर लेट होगा हुण, फिर मैं गल उही कर रहे हैं भी ये देना नहीं चाहते, इन्हां को पैसा हैगा है। जे इन्हां को पैसा नहीं हैगा तो ये अपने से खर्च क्यों करते हैं, क्यों नहीं सरकारी मिलना था कितना बाकी है ते प्राइवेट मिलना था कितना बाकी है। अजय जी 200 करोड़ के लगभग है, जिहड़ा प्राइवेट मिलना तो ज्यादा है 300 है, साडा कोऑपरेटिव का भी पिया जिहड़ा सरकार ने देना है। एक उहदे च भी मसला है भी जब इलेक्शन आई अज तो पिछे पार्लीमेंट की कुछ बदकाली इलेक्शन आई जा कुछ चिर पहला तो इन्होंने ठगी कर दी है, ये ना कि इमानदारी ना कम नहीं हुंदा, इन्होंने फाजिलका तो बुढ़ेआड़ मिल का पूरे का पूरा बकाया दे दिता, जब खजाने में पैसे कितों आ गए, क्योंकि उत्थे इलेक्शन सी इन्हां ने वोटां लैणियां सी, करके फंड जारी हो जांदा जिवें एनजीटी सुनवाईआं वाले फंड जारी हो जांदे। चावला जी तुहानूं कोई कहिंदे बहुत रायतां देतियां पंजाब सरकार ने, इस लई खजाने च वी घाटा पै सकदा? कोई रायत नहीं दित्ती, इंडस्ट्री का तुसीं देख लो बहुत बुरा हाल हो रहा है, दिन ब दिन थले जा रही है, प्लैन कर रही है, इन्हां ने कहा जी पहला 5 रुपए बिजली देंगे, वो कुछ वड्डे घराने वड्डी इंडस्ट्री नूं मिली है, जे तुसीं देख लो स्मॉल स्केल नूं कुछ नहीं मिलिया, स्मॉल स्केल कह रहे असीं इंडस्ट्री नूं रिवाइव करदे पए आ, कोई रिवाइव करन दा कोई प्लान ही नहीं है जी, कोई इहदे सरकार दी सपोर्ट ही नहीं है, सरकार ठीक है अनाउंस करदी है पर अगे जिहड़े इंप्लीमेंट करन वाले आ, तुहाडे शहर च एडे वड्डे समागम होए आ जिथे तुसीं बिलोंग करदे हो, समागम होए आ पर समागम भी ना दे होए आ, जां पिछे सुखबीर बादल ने कीता सी जां अकाली गवर्नमेंट वेले होया है, उदों भी करोड़ां दीयां गल्लां अरबां दीयां गल्लां आईयां कि इन्नी इन्वेस्टमेंट आउणी है, मैनूं दस दिओ किहड़ी इन्वेस्टमेंट, हवा वाले एमओयू है सारे, सारे हवा वाले एमओयू है, पिछली सरकार ने 60,000 करोड़ दे कीते सीगे, 60,000 करोड़ चों तां दस दिओ वी जे 10,000 करोड़ भी आया होवे तां जी, कोई नहीं लगता, सारा ये ड्रामा है, सब कुछ है पोलिटिकली हुंदा है, सब कुछ दिखावा हुंदा है, और उस तो बाद कोई इंडस्ट्री नहीं आती, इंडस्ट्री लगता सरकार कोले पैसे हैगे आ, इंडस्ट्री सरकार कोले, सरकार दी अपनी पॉलिसी है, सरकार अपने खर्चे नहीं घटाती, सरकार दे पहला अज तो पहला बेन सिंह गवर्नमेंट टाइम होया सी कि जिहड़ी घाटे दी कारपोरेशन बंद कर दिओ, सारी रिपोर्ट बन गई, चीफ सैकटरी रिटायर्ड पी एन वैष्णव ने बनाई रिपोर्ट बनाई, अज तक वह कारपोरेशन नहीं हो बंद हुई, उन्होंने कारपोरेशन से हालांकि होर अपने बंदे एडजस्ट, एक चेयरमैन ला देंगे, वाइस चेयरमैन ला देंगे, उन्होंने खर्चे वक्रे, उन्होंने खर्चे वक्रे जिन्होंने के कैबिनेट मिनिस्टर का दर्जा दे देंगे है, और सारा खर्चा उन्होंने करते हैं, फिर खजाना खाली तो है कि करके ठीक है। खोसला जी एक सवाल तो तुहाडे कोल है, GST रिफंड का मुद्दा पंजाब वार बार चकता कि केंद्र सरकार उन्होंने फिस्करा कर दी, इन चलो इस गल में वजन भी है, पर सवाल है खोसला साहब कला GST रिफंड से पंजाब टिकया होया, जिहड़ी GST कलैक्शन हैगी है जां होर सारी टैक्स कलैक्शन हैगी है उस विच असीं बहुत फाड़ी है? नहीं जी, हाँ बिल्कुल नहीं, GST दे एक एस्पैक्ट हो सकता, GST तो साडा 45% जिहड़ा है मालिया GST तो आउंदा, 55% जिहड़ा है सरकार ने अपने स्रोतों, सारा कुछ GST नहीं हैगा ना, सारा कुछ GST नहीं है, पंजाब दे अपने स्रोतों चो 55% यानी कि पंजाब आपदे स्रोतों तो मालिया इकट्ठा करने विच नाकाम है, हाँ उत्थे साडी नाकामी हुई है, पंजाब सरकार दी सूबाई सरकार दी उत्थे नाकामी रही है, जे जिहड़ियां हुण इत्थे गल्लां हो रही हैं सानू थोड़ा जिहा जे असीं पिछे झाती मारीए भी प्रॉब्लम्स आईआं कित्थों है, इहनां दी जिहड़ी जड़ है जद तक क्योंकि असीं डायगनोज़ नहीं करदे, जदों डाक्टर जदों जद तक उहनूं डायगनोज़ नहीं करेगा बीमारी का तद तक इलाज नहीं कर सकता, जदों असीं बीमारी का इलाज देते जिहड़ी तुसीं भी गल कीती है शुरुआत दे विच भी 12,000 करोड़ रुपया
पंजाब दे उत्ते लोन सी डेट सी 1997 दे विच जदों अकाली सरकार सी उहदे चो एक कदम जे अगे चलीए 9000 करोड़ रुपया तां सानू वेव ऑफ करता सी उहदे चो 3000 करोड़ रह गया सी ते अज असीं सवा हुण 4000 करोड़ दा गैप पै रिहा उस तों बाद असीं सवा 2 लख करोड़ ते 229 लख करोड़ ते हुण पहुंच रहे हां ਤਾਂ ਇਹ ਐਡਾ ਜਿਹੜਾ ਪ੍ਰੋਬਲਮ ਆਈ ਹੈ ਇਹ ਕਿੱਥੇ ਹੈ ਇਹਦਾ ਮਤਲਬ ਵੀ ਕਿਤੇ ਨਾ ਕਿਤੇ ਸਮੱਸਿਆ ਜਿਹੜੀ ਹੈ ਸਾਨੂੰ ਖਜ਼ਾਨੇ ਨੂੰ ਲੈ ਕੇ ਵੀ ਜਾਂ ਤਾਂ ਮਿਸਮੈਨੇਜਮੈਂਟ ਹੋਈ ਹੈ ਜਾਂ ਸਾਡੇ ਖਰਚੇ ਨਹੀਂ ਪੂਰੇ ਹੋਏ ਜਾਂ ਸਾਡਾ ਜਿਹੜਾ ਜਿਸ ਤਰੀਕੇ ਨਾਲ ਅਸੀਂ ਖਰਚੇ ਰੱਖੇ ਸੀ ਉੱਦਾਂ ਨਹੀਂ ਖਰਚਿਆ ਜਾਂ ਅਸੀਂ ਪੈਸਾ ਜਿਹੜਾ ਹੈ ਮਾਲੀਆ ਇਕੱਠਾ ਕਰਨ ਦੇ ਵਿੱਚ ਨਾਕਾਮ ਰਹੇ ਨਹੀਂ ਕਿਤੇ ਤਾਂ ਨਹੀਂ ਆਮਦਨੀ ਅਠੰਨੀ ਖਰਚਾ ਰੁਪਇਆ ਅਸੀਂ ਕਰਦੇ ਰਹੇ ਨਹੀਂ ਇੱਦਾਂ ਨਹੀਂ ਹੋਇਆ ਜੀ ਇਹਦੀਆਂ ਜਿਹੜੀਆਂ ਪ੍ਰੋਬਲਮਸ ਪਹਿਲਾਂ ਮੈਂ ਇੰਡਸਟਰੀ ਤੋਂ ਸਟਾਰਟ ਕਰਦਾ ਨਾ ਕਿਉਂਕਿ 2003 ਦੇ ਵਿੱਚ ਇੰਡਸਟਰੀ ਨੂੰ ਜਿਹੜੇ ਇੰਡਸਟਰੀ ਪ੍ਰੇਰਕ ਪੈਕੇਜ ਮਿਲੇ ਸੀਗੇ ਸੈਂਟਰ ਸਰਕਾਰ ਨੇ ਹਿਲ ਸਟੇਟਸ ਦੇ ਲਈ ਦਿੱਤੇ ਸੀ ਚਾਹੇ ਉਹ ਹਿਮਾਚਲ ਪ੍ਰਦੇਸ਼ ਸੀ ਉਤਰਾਂਚਲ ਸੀਗੀ ਉਹਨਾਂ ਸਟੇਟਸ ਦੇ ਲਈ ਉਹਦੇ ਕਰਕੇ ਸਾਡੇ ਬੱਦੀ ਰੀਜਨ ਦੇ ਵਿੱਚ ਪੰਜਾਬ ਦੇ ਵਿੱਚੋਂ ਇੰਡਸਟਰੀ ਦਾ ਪਲਾਇਨ ਹੋਇਆ ਜੇ ਮੈਂ ਅੰਕੜਿਆਂ ਦੀ ਗੱਲ ਕਰਦਾ ਤਾਂ 2 ਲੱਖ ਛੋਟੀਆਂ ਇਕਾਈਆਂ ਜਿਹੜੀਆਂ ਨੇ ਉਹ ਘੱਟ ਕੇ 1,90,000 ਰਹਿ ਗਈ 2001 ਤੋਂ ਲੈ ਕੇ 2006-07 ਤੱਕ ਪਹਿਲੀ ਚੀਜ਼ ਤਾਂ ਇਹ ਸੀ ਕਿਉਂਕਿ ਜਦੋਂ ਪਲਾਇਨ ਕਰ ਜਾਣਗੇ ਤਾਂ ਟੈਕਸ ਰੈਵਨਿਊ ਸਰਕਾਰ ਦਾ ਉਹਦੇ 'ਚੋਂ ਘੱਟ ਜਾਏਗਾ ਜਿਹੜਾ ਟੈਕਸ ਦੇ ਵਿੱਚੋਂ ਪੈਸਾ ਆਉਣਾ ਉਹ ਘਟੇਗਾ ਦੂਜੀ ਚੀਜ਼ ਜਿਹੜੀ ਹੈ ਵੀ ਜਿਹੜੀ ਫ੍ਰੀ ਪਾਵਰ ਦਿੱਤੀ ਸਰਕਾਰ ਨੇ ਜਿਹੜਾ ਕੈਪਟਨ ਸਾਹਿਬ ਨੇ ਫ੍ਰੀ ਪਾਵਰ ਜਿਹੜੀ 2005 ਦੇ ਵਿੱਚ ਅਨਾਊਂਸ ਕਰਤੀ ਐਗਰੀਕਲਚਰ ਸੈਕਟਰ ਦੇ ਲਈ ਉਹ ਵੀ ਪੰਜਾਬ ਦੇ ਉੱਤੇ ਇੱਕ ਬੋਝ ਬਣ ਕੇ ਆਈ ਹੋਈ ਹੈ ਤੀਸਰਾ ਜਿਹੜਾ ਇਹਦੇ 'ਚ ਫੈਕਟਰ ਆਉਂਦਾ ਉਹ ਹੈਗਾ ਜਿਹੜਾ ਅਸੀਂ FRBM ਐਕਟ ਲਾਗੂ ਕੀਤਾ 2006 ਦੇ ਵਿੱਚ ਫਿਸਕਲ ਰਿਸਪੋਂਸੀਬਿਲਟੀ ਐਂਡ ਬਜਟ ਮੈਨੇਜਮੈਂਟ ਜਿਹਦੇ ਵਿੱਚ ਅਸੀਂ ਸਟ੍ਰੇਟਵੇ ਇਹ ਗੱਲ ਕਹੀ ਵੀ ਅਸੀਂ ਆਪਣਾ ਜਿਹੜਾ ਖਰਚਾ ਕੈਪੀਟਲ ਐਕਸਪੈਂਡੀਚਰ ਜਿਹੜਾ ਹੈ ਉਹ ਘਟਾਵਾਂਗੇ ਜਦੋਂ ਸਾਡਾ ਆਪਣਾ ਖਰਚਾ ਘਟ ਗਿਆ ਨਵੀਨਤਮ ਚੀਜ਼ਾਂ ਅਸੀਂ ਨਹੀਂ ਲੈ ਕੇ ਆ ਰਹੇ PSIDC PRTC ਸ਼ੂਗਰ ਫੈਡ ਮਾਰਕ ਫੈਡ ਇਹ ਸਾਰੀਆਂ ਜਿਹੜੇ ਸਾਡੇ ਅਦਾਰੇ ਸੀਗੇ ਇਹ ਸਾਰੇ ਦੇ ਸਾਰੇ ਲੌਸ ਦੇ ਵਿੱਚ ਜਾਣਾ ਸ਼ੁਰੂ ਹੋ ਗਏ ਤਾਂ ਇਹ ਕਲੈਕਟਿਵ ਐਫਰਟ ਜਿਹੜੀ ਕਲੈਕਟਿਵ ਇਫੈਕਟ ਜਿਹੜਾ ਹੈ ਉਹਦਾ ਪੰਜਾਬ ਦੇ ਮਾਲੀਏ ਦੇ ਉੱਤੇ ਅਸਰ ਪੈ ਰਿਹਾ ਠੀਕ ਹੈ ਇੱਕ ਹਮੀਰ ਸਿੰਘ ਜਿਹੜੀ ਗੱਲ ਇਹਨਾਂ ਨੇ ਕਹੀ ਹੈਗੀ ਆ ਕਿ ਇੰਡਸਟਰੀ ਪਲਾਨ ਕਰਕੇ ਸਾਰਾ ਕੁਝ ਹੋ ਗਿਆ ਮੇਰਾ ਸਵਾਲ ਇਹ ਹੈਗਾ ਕਿ ਪੰਜਾਬ ਕੋਲ ਇੰਨੇ ਕੁ ਸਰੋਤ ਹੈਗੇ ਆ ਜਿਨ੍ਹਾਂ ਤੋਂ ਅਸੀਂ ਮਾਲੀਆ ਇਕੱਠਾ ਕਰਕੇ ਪੰਜਾਬ ਨੂੰ ਬਚਾ ਸਕਦੇ ਹਾਂ ਦੂਜਾ ਸਵਾਲ ਇਹ ਹੈਗਾ ਜਦੋਂ ਵੀ ਕੁਝ ਨਵੀਂ ਚੀਜ਼ ਲਾਂਚ ਹੁੰਦੀ ਹੈ ਮਾਰਕੀਟ ਦੇ ਵਿੱਚ ਤਾਂ ਪੰਜਾਬ ਸਭ ਤੋਂ ਵੱਡਾ ਟਾਰਗੇਟ ਹੁੰਦਾ ਹਰ ਇੱਕ ਦਾ ਕਿ ਪੰਜਾਬ ਜਾ ਕੇ ਲਾਂਚ ਕੀਤਾ ਜਾਵੇ ਪੰਜਾਬ ਸਭ ਤੋਂ ਵੱਡਾ ਖਰੀਦਦਾਰ ਹੈਗਾ ਐਡੀ ਵੱਡੀ ਖਰੀਦਦਾਰੀ ਪੰਜਾਬ ਦੇ ਵਿੱਚ ਪੰਜਾਬ ਆਪਦੀ ਚਾਦਰ ਤੋਂ ਵੀ ਵੱਧ ਪੈਰ ਪਸਾਰਦਾ ਰਿਹਾ ਜੇ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਉਸ ਦੇ ਬਾਵਜੂਦ ਸਾਡੇ ਕੋਲ ਟੈਕਸ ਰੈਵੈਨਿਊ ਨਹੀਂ ਹੈਗਾ ਇਦੋਂ ਪਹਿਲਾਂ 2-3 ਗੱਲਾਂ ਦਾ ਖਿਆਲ ਰੱਖਣਾ ਬੜਾ ਜ਼ਰੂਰੀ ਹੈ ਇੱਕ ਸਮੇਂ ਤੱਕ 20 ਸਾਲ ਪਹਿਲਾਂ ਤੱਕ ਪੰਜਾਬ ਦੀ GDP ਦਾ 36% ਜਿਹੜਾ NRI ਤੋਂ ਆਉਂਦਾ ਰਿਹਾ ਇੱਕ ਜ਼ਮਾਨੇ ਤੱਕ ਠੀਕ ਹੈ ਅੱਜ ਪੰਜਾਬ ਦਾ ਮੇਜਰ ਪੈਸਾ ਬੱਚਿਆਂ ਦੇ ਸਟੂਡੈਂਟਾਂ ਦੀਆਂ ਫੀਸਾਂ ਠੇਕਾ ਅਤੇ ਜ਼ਮੀਨ ਵੇਚ ਕੇ ਜਿਹੜੀਆਂ ਜਾ ਰਹੇ ਨੇ ਉਹ ਲਗਭਗ 40,000 ਕਰੋੜ ਰੁਪਏ ਹੈ ਉਹ ਤੋਂ ਵੀ ਮਨ ਨਹੀਂ ਮਤਲਬ ਸਾਡਾ ਡਰੇਨ ਹੋਣ ਲੱਗ ਗਿਆ ਬਹੁਤ ਵੱਡਾ ਪੈਸਾ ਜਿਹੜਾ ਵਿਦੇਸ਼ਾਂ ਨੂੰ ਕਦੇ ਉਹ ਉੱਥੋਂ ਕਮਾ ਕੇ ਭੇਜਦੇ ਸੀ ਹੁਣ ਇੱਧਰੋਂ ਉੱਧਰ ਜਾ ਰਿਹਾ ਇਹ ਬਹੁਤ ਵੱਡਾ ਫੈਕਟਰ ਹੈ ਸੈਕਿੰਡ ਗੱਲ ਇੱਕ ਇਹ ਵੀ ਹੈ ਇਹਦੇ ਵਿੱਚ ਹੀ ਨਾਲ ਦੀ ਨਾਲ ਕਿ ਖੇਤੀ ਦੀ ਗਰੋਥ ਰੇਟ ਜਿਹੜੀ 10% ਤੇ ਜੋ ਹੁਣ ਨੈਸ਼ਨਲ ਐਵਰੇਜ 3% ਤੋਂ ਵੀ ਨੀਚੇ ਹੈ ਨੈਸ਼ਨਲ ਸਾਡੀ ਉਦੋਂ ਵੀ ਨੀਚੇ ਹੈ ਅਸੀਂ ਲਗਾਤਾਰ ਖੇਤੀ ਦੇ ਵਿੱਚ ਡਾਊਨ ਜਾ ਰਹੇ ਹਾਂ ਘਾਟੇ ਦੇ ਵਿੱਚ ਜਾ ਰਹੇ ਹਾਂ ਜਿਹਦੇ ਕਰਕੇ ਉਹੀ ਕਿਸਾਨੀ ਵੀ ਸੰਕਟ 'ਚ ਹੈ ਅਤੇ ਬਾਕੀ ਵੀ ਤਾਂ ਰੈਵੀਨਿਊ ਵੀ ਉਹਦੇ ਨਾਲ ਜੁੜਿਆ ਹੋਇਆ ਚੀਜ਼ਾਂ ਨੇ ਇੰਡਸਟਰੀ ਦੇ ਨਾਲ ਦੀ ਨਾਲ ਉਹ ਸਾਰੀਆਂ ਚੀਜ਼ਾਂ ਨੇ ਕਿ ਇਕੱਲੇ ਇੱਕ ਖੇਤਰ 'ਚ ਨਹੀਂ ਅਸੀਂ ਡਾਊਨ ਜਾ ਰਹੇ ਓਵਰਆਲ ਖੇਤਰਾਂ 'ਚ ਡਾਊਨ ਜਾ ਰਹੇ ਹਾਂ ਜਿਵੇਂ ਜਿਹੜੀ ਕਾਰਪੋਰੇਸ਼ਨਾਂ ਦੀ ਗੱਲ ਕੀਤੀ ਕਿ ਘਾਟੇ ਜਾ ਰਹੀਆਂ ਨੇ ਸਵਾਲ ਇਹ ਵੀ ਉਦੋਂ ਵੱਡਾ ਪੈਦਾ ਹੁੰਦਾ ਕਿ ਘਾਟੇ 'ਚ ਕਿਉਂ ਜਾ ਰਹੀਆਂ ਨੇ ਕਦੇ ਇਨਕੁਆਇਰੀ ਹੋਈ ਕਿਹੜੇ ਅਫਸਰ ਜਿਹੜੇ ਉਹਨਾਂ ਨੂੰ ਚਲਾ ਰਹੇ ਸੀ ਉਹ ਇੰਨੇ ਡੱਲ ਅਤੇ ਇਸ ਲੈਵਲ ਦੇ ਕਿਉਂ ਬਣ ਗਏ ਕਿ ਸਾਰਾ ਕੁਝ ਉਹਨਾਂ ਦੇ ਕੋਲ ਕੰਟਰੋਲ ਹੋਣ ਦੇ ਬਾਵਜੂਦ ਉਹ ਕਿਉਂ ਘਾਟੇ ਜਾਂਦੀਆਂ ਰਹੀਆਂ ਹਰਿਆਣੇ ਦੀ ਰੋਡਵੇਜ਼ ਮਤਲਬ ਉਹ ਵਾਧੇ 'ਚ ਜਾ ਸਕਦੀ ਹੈ ਅਤੇ ਪੰਜਾਬ ਦੀ ਰੋਡ ਹਰਿਆਣਾ ਪੈਨਸ਼ਨ ਵੀ ਵੱਧ ਦਿੰਦਾ ਹਿਮਾਚਲ ਵੀ ਪੈਨਸ਼ਨ ਵੱਧ ਦਿੰਦਾ ਅਸੀਂ ਤਾਂ ਪੈਨਸ਼ਨ ਵੀ ਕੱਟ ਦਿੰਦੇ ਹਾਂ ਅਸੀਂ 750-750 ਰੁਪਏ ਪੈਨਸ਼ਨ ਦਿੰਦੇ ਹਾਂ ਉਹ 2,250 ਜਿਹੜੇ ਬਜ਼ੁਰਗਾਂ ਨੂੰ ਵੀ ਮਤਲਬ ਹਿਮਾਚਲ ਵੀ 1200 ਰੁਪਏ ਉਹਨਾਂ ਦੀ ਪਰ ਕੈਪਟਨ ਇਨਕਮ ਸਾਡੇ ਤੋਂ ਜ਼ਿਆਦਾ ਇਸੇ ਲਈ ਮੈਂ ਇਹ ਗੱਲ ਕਰ ਰਿਹਾ ਹਾਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਪੰਜਾਬ ਅੱਜ ਵੀ ਨੰਬਰ 1 ਕੰਜ਼ਿਊਮਰ ਸਟੇਟ ਹੈ ਖਪਤਕਾਰ ਹਾਂ ਸਾਡੇ ਕੈਬਨਿਟ 'ਚ ਖੁਦ ਮੰਨਿਆ ਇਹਨਾਂ ਨੇ ਕਿ ਸਾਡੇ ਸ਼ਰਾਬ ਦਾ ਬਹੁਤ ਵੱਡਾ ਹਿੱਸਾ ਸਮਗਲ ਹੁੰਦਾ ਜਿਹੜਾ ਹਰਿਆਣੇ ਦੇ ਬਾਰਡਰ ਦੇ ਨਾਲ ਨਾਲ ਹੋਮ ਡਿਲੀਵਰੀ ਹੈ ਤੁਸੀਂ ਟੈਲੀਫੋਨ ਕਰੋ ਘਰ 100 ਰੁਪਏ ਦੀ ਬੋਤਲ ਪਹੁੰਚਦੀ ਹੈ ਅਤੇ ਉਹਦੇ 'ਚੋਂ ਕਿਸੇ ਨੇ ਕਿਹਾ ਕੈਬਨਿਟ 'ਚ ਬੈਠੇ ਬੈਠੇ ਨਹੀਂ ਫਿਰ ਇਹ ਬੰਦ ਭਾਈ ਸਾਹਿਬ ਕਿਹਨੇ ਕਰਨਾ ਹੈ ਅਤੇ ਜਿਹੜੀ ਤੁਹਾਡੀ ਇੱਧਰੋਂ ਬਿਨਾਂ ਪੈਸੇ ਹੀ ਸ਼ਰਾਬ ਕਿਧਰੇ ਵੀ ਜਾਂਦੀ ਇੱਥੋਂ ਜਾਂਦੀ ਹੈ ਨੌਰਥ ਈਸਟ ਤੱਕ ਜਿਹੜੀ ਸਾਡੇ ਇੰਡਸਟਰੀ ਲੱਗੀ ਹੋਈ ਹੈ ਬਿਨਾਂ ਪੈਸੇ ਪੇ ਕੀਤੇ ਸ਼ਰਾਬ ਦੀ ਔਰ ਬਾਹਰਲੀ ਆ ਕੇ ਵਿਕ ਰਹੀ ਹੈ ਸਾਡੇ ਬਿਨਾਂ ਕਿਸੇ ਟੈਕਸ ਉਸ ਲੈਵਲ 'ਤੇ ਔਰ ਇੱਕ ਇੰਟਰਸਟਿੰਗ ਗੱਲ ਹੋਰ ਤੁਹਾਡੇ ਸਾਹਮਣੇ ਕਿ ਜਿਹੜੇ ਇਸ ਵਾਰ ਫਸਲ ਸੀ ਸਾਡੇ ਇਹ ਹੈ ਕਿ ਫਸਲ ਏਟ ਰਕਬਾ ਵੀ ਘੱਟ ਗਿਆ ਫਸਲ ਏਟ ਟਾਰਗੇਟ ਵੀ ਘਟਣਾ ਚਾਹੀਦਾ ਪਰ ਸਾਡੇ ਉਦੋਂ ਪੈਦਾਵਾਰ ਉਦੋਂ ਜ਼ਿਆਦਾ ਕਿਵੇਂ ਵਿਕ ਗਈ ਇੱਥੇ ਆ ਕੇ ਜੇ ਸਾਨੂੰ ਤਾਂ ਕ੍ਰਿਸ਼ੀ ਕਰਮਣ ਔਰ ਜਿਹੜੇ ਆਲੂ ਲੈ ਕੇ ਜਾਂਦੇ ਸੀ ਅਤੇ ਬਾਹਰੋਂ ਟਰੱਕਾਂ ਦੇ ਟਰੱਕ ਆ ਕੇ ਇੱਥੇ ਪੂਰੇ ਰੇਟ ਨੂੰ ਵਿਕ ਗਈ ਹੈ
मतलब पौने 1800 रुपए नू ये जिहड़ी समगलिंग दे मतलब रूप ने इन्हां नू रोकेगा कौन इन्हां नू प्लग कौन करेगा जिवें माइनिंग दा सवाल पंजाब दे खजाने सियासी गुंडी लगी हुई है हां माइनिंग दा सवाल है माइनिंग दे सवाल ते तुसीं कोई पॉलिसी नहीं बनाई अज तक जिन्ना कि भी सीगा पहला मंत्री अमरिंदर सिंह गवर्नमेंट दा जिन्हां ने पॉलिसी बारे सोचा सी उहनां नू गद्दी तों लाता जिहड़ा पहला मंत्री अमरिंदर सिंह गवर्नमेंट दा केवल माइनिंग च गया आपदे रसोईयां नू दबा के अपने बाकियां नू दबा के सारे इहदे चों इह कि जिहड़ी भी पॉलिसी बनती है उस लैवल दा बिजली दा एमओयू दा सवाल है 2009 च गुजरात ने पॉलिसी बनाई 2010 च असी बनाने असी पॉलिसी बनाने तो पहला एमओयू साइन कर लैंदे आ और उन्होंने तो यह किया फैसला कि असी तुहाडे कोलों नहीं खरीदांगे साडी जरूरत होएगी किन्नी खरीदनी उन्नी असी कहा भी जे नहीं भी खरीदी जाऊगी तां भी तुहानू 1000 करोड़ रुपया साल दा असी दिया करांगे जिवें मर्जी होजू अपने थर्मल जिहड़े पहले ही चलते सी ਉਹ ਬੰਦ ਕਰ ਲੈ 30% ਤੇ ਸਰ ਉਹ ਤਾਂ ਜਿਹੜਾ ਮੁਲਾਜ਼ਮਾਂ ਦੀ 1000 ਕਰੋੜ ਤਨਖਾਹ ਹੈ ਉਹ ਵਾਧੂ ਬੈਠੇ ਬਿਠਾਏ ਪਵਾਉਣੀ ਪੈ ਰਹੀ ਹੈ ਸਰ ਉਹ ਕਹਿੰਦੇ ਅਸੀਂ ਤਾਂ ਘੱਟ ਬਿੜ ਤੇ ਖਰੀਦਿਆ ਸਾਰਾ ਕੁਝ ਉਹ ਤਾਂ ਕਹਿੰਦੇ ਗੁਜਰਾਤ ਵਿੱਚ ਅਸੀਂ ਤਾਂ ਕੱਲ ਲਾਗੂ ਨੇ ਅਸੀਂ ਤਾਂ ਕਰ ਲਿਆ ਨਹੀਂ ਨਹੀਂ ਪਤਾ ਨਹੀਂ ਉਹ ਕਿਹੜੀ ਦੁਨੀਆ ਨੂੰ ਮੂਰਖ ਬਣਾਉਂਦੇ ਨੇ ਅੱਜ ਦੀ ਤਾਂ ਦੋਨੇ ਪਾਲਿਸੀਆਂ ਪੰਜਾਂ ਦੇ ਮੈਂ ਤਾਂ ਸਿਰਫ ਪੋਲੀਟੀਕਲ ਪਾਰਟੀ ਨੂੰ ਬੁਲਾਇਆ ਨਹੀਂ ਹਮੇਸ਼ਾ ਜੀ ਪਰ ਪੋਲੀਟੀਕਲ ਪਾਰਟੀ ਦੇ ਸਵਾਲ ਤਕਰੀਬਨ ਉਹਨਾਂ ਸਵਾਲ ਲੈਣੇ ਪੈਣਗੇ ਆਪਾਂ ਨੂੰ ਜੀ ਉਹਨਾਂ ਦੇ ਸਵਾਲ ਲੈਣੇ ਚਾਹੀਦੇ ਨੇ ਲੈਣੇ ਇਹ ਚਾਹੀਦੇ ਨੇ ਕਿ ਜਿਹੜਾ ਐਮਓਯੂ ਤੋਂ ਕਿਤੇ ਦੀਨ ਦੁਨੀਆ ਤੇ ਬਿਲਕੁਲ ਨਹੀਂ ਹੋਇਆ ਤੁਹਾਡੀ ਪਾਲਿਸੀ 'ਚ ਲਿਖਿਆ ਹੋਇਆ ਹੈ ਕਿ ਕੋਲਾ ਜੇਕਰ ਤੁਸੀਂ ਆਪਣੇ ਆਪ ਬੰਦੋਬਸਤ ਕਰੋਗੇ ਉਹਦੀ ਧੁਲਾਈ 'ਚ ਇੱਕ ਬਰੀਕ ਜਿਹਾ ਜਾ ਕੇ ਕਿਤੇ ਕਲੌਜ ਪੈਗੀ ਬਰੀਕ ਕਲੌਜ ਜਾਂ ਫਰਾਡ ਤੇ ਹਿੱਸੇਦਾਰੀ ਨਾਲ ਪੈ ਸਕਦੀ ਹੈ ਜਾਂ ਤੁਹਾਡੀ ਨਲਾਇਕੀ ਨਾਲ ਪੈ ਸਕਦੀ ਹੈ ਐਵੇਂ ਥੋੜ੍ਹੀ ਪੈ ਸਕਦੀ ਆਪ ਨਾਲ ਤੁਹਾਡੇ ਕੋਲ ਐਡੇ ਬਹੁਤ ਬਹੁਤ ਅਹਿਮ ਸਵਾਲ ਹੈ ਇਹ ਚੀਜ਼ਾਂ ਬੈਠਦੇ ਨੇ ਕਰਪਸ਼ਨ ਦੇ ਸਵਾਲ ਵੀ ਉੱਠਦੇ ਨੇ ਇਸ ਦੇ ਨਾਲ 3400 ਕਰੋੜ ਰੁਪਈਆ 3500 ਕਰੋੜ ਦੇ ਲਗਭਗ ਤੁਹਾਨੂੰ ਡਿਮਾਂਡ 'ਚ ਪੈ ਰਿਹਾ ਬਿਜਲੀ ਮਹਿੰਗੀ ਹੋ ਰਹੀ ਹੈ ਸਾਰੇ ਲੋਕਾਂ ਹੋਰ ਮਹਿੰਗੀ ਹੋਊਗੀ ਹੋਰ ਮਹਿੰਗੀ ਹੋਊਗੀ ਹੋਰ ਮਹਿੰਗੀ ਹੋਊਗੀ ਹਾਂ ਕਿਉਂਕਿ ਇਹ ਸੁਣਵਾਈਆਂ ਚੱਲਦੀਆਂ ਪਈਆਂ ਸੁਣਵਾਈ ਦੇ ਵਿੱਚ ਵਾਲੇ ਪੰਜਾਬ ਸਰਕਾਰ ਦਾ ਕੇਸ ਆ ਜਿਹੜਾ ਉਹ ਪਤਾ ਨਹੀਂ ਕਿੱਥੇ ਜਾ ਖੜੇਗਾ ਇੱਕ ਛੋਟਾ ਬ੍ਰੇਕ ਲਵਾਂਗੇ ਬ੍ਰੇਕ ਤੋਂ ਵਾਪਸ ਆਵਾਂਗੇ ਪੰਜਾਬ ਦਾ ਖਜ਼ਾਨਾ ਖਾਲੀ ਕਿਉਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਮੁੱਦੇ ਨੂੰ ਥੋੜ੍ਹਾ ਛੂਹਿਆ ਜਾਵੇ ਪਰ ਪੰਜਾਬ ਦੇ ਖਜ਼ਾਨੇ ਨੂੰ ਭਰਿਆ ਕਿਵੇਂ ਜਾਵੇ ਇਸ ਬਾਰੇ ਹੱਲ ਕਿਹਦੇ ਕੋਲ ਹੈ ਕਿ ਉਹ ਵੀ ਸਮਝਣੇ ਜ਼ਰੂਰੀ ਹੈ ਕਿ ਹੈ ਬ੍ਰੇਕ ਤੋਂ ਵਾਪਸ ਆ ਕੇ ਉਹ ਸਾਰੇ ਸਵਾਲ ਹੋਣਗੇ ਜ਼ਰੂਰ ਖਰਚਿਆਂ 'ਚ ਕਟੌਤੀ ਦੇ ਹੁਕਮ ਦੇ ਪੰਜਾਬ ਸਰਕਾਰ ਨੇ ਖਜ਼ਾਨੇ ਬਾਰੇ ਕੀ ਮੰਨਿਆ ਖੋਸਲਾ ਸਾਹਿਬ ਜਿਹੜਾ ਸਵਾਲ ਹਮੀਰ ਸਿੰਘ ਹਰੀ ਕਹਿ ਰਿਹਾ ਹੈ ਕਿ ਇੱਕ ਉਹਨਾਂ ਨੇ ਬਿਜਲੀ ਦੇ ਬਾਰੇ ਵੀ ਗੱਲ ਕੀਤੀ ਹੈਗੀ ਹੈ ਸਵਾਲ ਇਹ ਹੈਗਾ ਮਾਈਨਿੰਗ ਬਾਰੇ ਉਹਨਾਂ ਜ਼ਿਕਰ ਕੀਤਾ ਹੈਗਾ ਜਿਹੜੀ ਐਕਸਾਈਜ਼ ਪੋਲਿਸੀ ਉਹਦਾ ਵੀ ਜ਼ਿਕਰ ਕੀਤਾ ਹੈਗਾ ਸਾਨੂੰ ਸਾਰੇ ਕਿਤੋਂ ਪੈਸੇ ਆ ਸਕਦੇ ਆ ਵਧੀਆ ਤਰੀਕੇ ਨਾਲ ਪੈਸੇ ਆ ਸਕਦੇ ਆ ਉਸ ਦੇ ਬਾਵਜੂਦ ਪਿਛਲੀ ਸਰਕਾਰ ਕਹਿੰਦੀ ਹੈ ਕਿ ਸਾਡੇ ਵੇਲੇ ਮਾਲੀਆ ਇੰਨਾ ਸੀ ਜਦਕਿ ਉਹ ਵੀ ਘੱਟ ਇਕੱਠਾ ਕਰਦੇ ਰਹੇ ਆ ਸਵਾਲ ਉਹਨਾਂ 'ਤੇ ਵੀ ਹੈ ਕਿ ਉਹਨਾਂ ਨੇ ਵੀ ਕਰਪਸ਼ਨ ਕੀਤੀ ਇਹਨਾਂ 'ਚ ਕੋਈ ਸ਼ੱਕ ਨਹੀਂ ਹੈਗਾ ਪਰ ਸਵਾਲ ਇਹ ਹੈਗਾ ਇਸ ਸਰਕਾਰ ਨੇ ਇਲਜ਼ਾਮ ਲਾਏ ਸੀਗੇ ਇਹਨਾਂ ਆਉਣ ਤੋਂ ਪਹਿਲਾਂ ਵੀ ਅਤੇ ਬਾਅਦ ਵਿੱਚ ਵੀ ਅਸੀਂ ਉਹਨਾਂ ਕਰਪਸ਼ਨ ਚਾਰਜਸ ਦੇ ਜਾਂ ਸਾਰੇ ਕੱਚੇ ਚਿੱਠੇ ਖੋਲ੍ਹਾਂਗੇ ਨਾ ਇਹਨਾਂ ਨੇ ਕੁਛ ਕੀਤਾ ਨਾ ਉਹਨਾਂ ਨੇ ਕੁਛ ਕੀਤਾ ਖੋਸਲਾ ਸਾਹਿਬ ਦੇਖੋ ਜੀ ਜਿਹੜੀਆਂ ਸਰਕਾਰਾਂ ਦੀ ਤੁਸੀਂ ਗੱਲ ਕੀਤੀ ਹੈ ਤਾਂ ਦੋਨੋਂ ਇੱਕ ਤੋਂ ਇੱਕ ਵੱਧ ਕੇ ਸਰਕਾਰਾਂ ਨੇ ਕਦਮ ਇਹੋ ਜਿਹੇ ਚੱਕੇ ਜਿਹੜੇ ਲੋਕ ਮਾਰੂ ਰਹੇ ਨੇ ਕੋਈ ਕਮੀ ਨਹੀਂ ਆਈ ਇੱਕ ਵਾਈਟ ਪੇਪਰ ਲਿਆਂਦਾ ਸੀ ਜੀ ਮਨਪ੍ਰੀਤ ਬਾਦਲ ਜੀ ਨੇ 2017 ਦੇ ਵਿੱਚ ਜਿਹਦੇ ਵਿੱਚ ਪਹਿਲਾਂ ਮੈਂ ਉਹਨੂੰ ਐਡਰੈਸ ਕਰ ਦਿੰਦਾ ਜਿਹੜੇ ਹਮੀਰ ਸਿੰਘ ਜੀ ਨੇ ਗੱਲ ਕੀਤੀ ਹੈ ਜਿਹਦੇ 'ਚ ਪਾਵਰ ਡਿਸਕੋਮਸ ਦੀ ਗੱਲ ਕੀਤੀ ਡਿਸਕੋਮ ਦੀ ਗੱਲ ਹੋਈ ਹੈ ਡਿਸਟ੍ਰੀਬਿਊਸ਼ਨ ਕੰਪਨੀਜ਼ ਦੀ ਉਹਦੇ 'ਚ ਉਹਨਾਂ ਨੇ ਸਟ੍ਰੇਟਵੇ ਇਹ ਚੀਜ਼ ਲਿਖੀ ਹੋਈ ਹੈ ਕਿ ਜਿਹੜੀ ਉਹਦੇ ਸਕੀਮ ਆਈ ਹੈ ਸੈਂਟਰ ਦੀ ਜਿਹੜੀ ਉਹ ਮੋਦੀ ਸਾਹਿਬ ਨੇ ਜਿਹੜੀ ਅਨਾਊਂਸ ਕੀਤੀ ਹੈ ਉਹਦੇ ਦੌਰਾਨ 75% ਜਿਹੜਾ PSPCL ਦਾ ਜਿਹੜਾ ਕਰਜ਼ਾ ਉਹ ਸਰਕਾਰ ਨੇ ਆਪਣੇ ਉੱਤੇ ਲਿੱਤਾ ਤਕਰੀਬਨ ਉਹ 20,000 ਦੇ ਵਿੱਚੋਂ ਦੀ 20,000 ਕਰੋੜ ਦੇ ਵਿੱਚੋਂ 15,627 ਕਰੋੜ ਰੁਪਈਆ ਪੰਜਾਬ ਸਰਕਾਰ ਨੇ ਆਪਣੇ ਸਿਰ ਲਿੱਤਾ ਉਹ ਕਰਜ਼ਾ ਪਹਿਲੀ ਚੀਜ਼ ਤਾਂ ਇੱਦਾਂ ਦੀਆਂ ਜਿਹੜੀਆਂ ਫਿਰ ਨੀਤੀਆਂ ਨੇ ਨਾ ਇਹ ਕਿਤੇ ਨਾ ਕਿਤੇ ਮਾਰ ਕਰਦੀਆਂ ਨੇ ਦੂਜੀ ਜਿਹੜੀ ਉਸੇ ਵਾਈਟ ਪੇਪਰ ਦੇ ਵਿੱਚ ਇੱਕ ਹੋਰ ਵੀ ਚੀਜ਼ ਉਹਨਾਂ ਨੇ ਜ਼ਾਹਰ ਕੀਤੀ ਹੈ ਵੀ ਜਿਹੜਾ ਅਨਾਜ ਦੀ ਜਦੋਂ ਪਰਚੇਜ਼ ਹੋਣੀ ਸੀਗੀ ਪੰਜਾਬ ਦੇ ਵਿੱਚੋਂ ਦੀ ਤਾਂ 2004 ਤੋਂ ਲੈ ਕੇ 2017 ਦੇ ਵਿੱਚ 29,920 ਕਰੋੜ ਰੁਪਈਏ ਦਾ ਹੇਰ ਫੇਰ ਹੋਇਆ ਔਰ ਇਹਨੂੰ ਲੁਕਾਉਣ ਦੇ ਲਈ ਸਰਕਾਰ ਨੇ ਇੱਕ ਦਿਨ ਜਾਣ ਤੋਂ ਪਹਿਲਾਂ ਆਪਣੇ 10 ਮਾਰਚ ਨੂੰ 2017 ਨੂੰ ਜਿਹੜੀ ਉਸ ਵੇਲੇ ਦੀ ਮੌਜੂਦਾ ਸਰਕਾਰ ਸੀ ਉਹਨਾਂ ਨੇ 31,000 ਕਰੋੜ ਰੁਪਈਏ ਦਾ ਲੋਨ ਅਪਰੂਵ ਕਰਤਾ ਉਹ ਜਿਹੜਾ ਮੈਂ 31,000 ਕਰੋੜ ਦੇ ਅੱਗੇ ਇੱਕ ਹੋਰ ਡਾਇਮੈਂਸ਼ਨ ਦੇ ਦਿੰਦਾ ਜੀ ਉਹਦੀ ਉਹ ਜਿਹੜਾ 31,000 ਕਰੋੜ ਰੁਪਈਆ ਉਹ 20 ਸਾਲ ਦੇ ਲਈ ਉਹਦਾ ਟਰਮ ਲੋਨ ਬਣਾਤਾ ਉਹ 20 ਸਾਲ ਦਾ ਟਰਮ ਲੋਨ ਬਣ ਕੇ ਹੁਣ 64,800 ਕਰੋੜ ਰੁਪਈਆ ਇਹਦਾ ਮਤਲਬ ਹੈ 20 ਸਾਲ ਦੇ ਵਿੱਚ ਅਸੀਂ 64,800 ਕਰੋੜ ਦੀ ਅਦਾਇਗੀ ਕਰਾਂਗੇ ਜਿਹਦਾ ਮਤਲਬ ਹੈ ਸਟ੍ਰੇਟਵੇ ਸਾਡੇ 'ਤੇ 270 ਕਰੋੜ ਰੁਪਈਆ ਹਰ ਮਹੀਨੇ
ਐਡੀਸ਼ਨਲ ਬਰਡਨ ਪੈ ਰਿਹਾ ਤਾਂ ਇਦਾਂ ਦੀਆਂ ਜਿਹੜੀਆਂ ਨੀਤੀਆਂ ਨੇ ਇਹ ਸਾਨੂੰ ਤੰਗ ਕਰ ਰਹੀਆਂ ਨੇ। ਕੁੱਲ ਮਿਲਾਕੇ ਖੋਸਾ ਸਾਹਿਬ ਇਹੀ ਹੈ, ਅਸੀਂ ਕਰਜ਼ਾ ਚੱਕ ਰਹੇ ਹਾਂ ਕਰਜ਼ਾ ਲਾਉਣ ਦੇ ਲਈ। ਬਿਲਕੁਲ, ਅਸੀਂ ਪਹਿਲਾਂ ਜਿਹੜਾ ਮੂਲ ਫੇਰ ਵੀ ਮੂਲ ਫੇਰ ਵੀ ਉੱਥੇ ਖੜਾ ਕਰਜ਼ਾ ਦਾ, ਕਰਜ਼ੇ ਦੀ ਵੀ ਗੱਲ ਕਰੀਏ ਨਾ ਆਪਾਂ। ਕਰਜ਼ਾ ਜਿਹੜਾ ਆਪਾਂ ਚੱਕਿਆ, ਜਿਹੜਾ ਅਸੀਂ ਪਹਿਲਾਂ ਕਰਜ਼ਾ ਲੈ ਰਹੇ ਸੀ ਉਹ ਬੈਂਕਾਂ ਤੋਂ ਲੈ ਰਹੇ ਸੀ, ਬੈਂਕਾਂ ਨੇ ਜਦੋਂ ਵਿਆਜ ਵਧਾਉਣੇ ਸ਼ੁਰੂ ਕਰਤੇ, ਇਹ ਦੇਖ ਕੇ ਵੀ ਸਰਕਾਰ ਦੀ ਵਿੱਤੀ ਹਾਲਾਤ ਜਿਹੜੇ ਹੈ ਉਹ ਖਰਾਬ ਨੇ, ਅਸੀਂ ਮਾਰਕੀਟ ਬੋਰੋਇੰਗਸ ਵੱਲ ਨੂੰ ਤੁਰ ਪਏ। 2008-09 ਦੇ ਵਿੱਚ ਅਸੀਂ ਮਾਰਕੀਟ ਬੋਰੋ ਕੀਤਾ, ਉਹਦੇ 'ਚੋਂ ਵੀ ਲੱਗਿਆ ਵੀ ਮਾਰਕੀਟ ਬੋਰੋ 5 ਸਾਲਾਂ ਬਾਅਦ ਇਹ ਵੀ ਪੈਸੇ ਜਿਹੜੇ ਆ ਸਾਨੂੰ ਵਾਪਸ ਦੇਣੇ ਪੈਣੇ ਆ। ਤਾਂ ਅਸੀਂ ਇੱਕ RBI ਦੀ ਸਕੀਮ ਹੈ ਵੇਜ ਐਂਡ ਮੀਨਸ ਐਡਵਾਂਸਿਸ, ਅਸੀਂ ਉਹਦੇ 'ਚੋਂ ਪੈਸਾ ਇਕੱਠਾ ਕਰਨਾ ਸ਼ੁਰੂ ਕਰਤਾ। ਉਹ 2017 ਤੱਕ RBI ਨੇ ਹੱਥ ਖੜ੍ਹੇ ਕਰਤੇ ਵੀ ਅਸੀਂ ਨਹੀਂ ਤੁਹਾਨੂੰ ਦੇ ਸਕਦੇ ਪੈਸਾ। ਹੁਣ ਸਰਕਾਰ ਵਰਲਡ ਬੈਂਕ ਵੱਲ ਦੇਖਣੀ ਸ਼ੁਰੂ ਹੋ ਗਈ, ਪਿੱਛੇ ਜਿਹੇ ਮਹੀਨਾ ਪਹਿਲਾਂ ਇੱਕ ਰਿਪੋਰਟ ਆਈ ਹੈ 2130 ਕਰੋੜ ਰੁਪਈਆ ਅਸੀਂ ਵਰਲਡ ਬੈਂਕ ਤੋਂ ਲੈਣਾ। ਤਾਂ ਇਹ ਜਿਹੜੇ ਕਦੋਂ ਤੱਕ ਅਸੀਂ ਖਰਚੇ ਕਰਜ਼ੇ ਲਈ ਜਾਵਾਂਗੇ ਔਰ ਖਰਚਾ ਕਰੀ ਜਾਵਾਂਗੇ। ਰਮੇਸ਼ ਚਾਵਲਾ ਜੀ, ਅਸੀਂ ਬੈਂਕਰਪਸੀ ਵੱਲ ਵੱਧਦੇ ਪਏ ਹਾਂ, ਵੱਧਦੇ ਪਏ, ਹੱਲ ਕੋਈ ਨਹੀਂ? ਹੱਲ ਤਾਂ ਬਹੁਤ ਹੈਗੇ ਹੈ ਜੀ, ਜੇ ਸਰਕਾਰ ਚਾਹੇ। ਇੱਛਾ ਨਹੀਂ ਹੈਗੀ? ਇੱਛਾ ਨਹੀਂ ਹੈ ਜੀ ਬਸ ਸਰਕਾਰ ਦੀ, ਸਰਕਾਰ ਦਾ ਜਿਵੇਂ ਉਹਨਾਂ ਨੇ ਦੱਸਿਆ ਕਿ ਮਾਈਨਿੰਗ ਪੋਲਸੀ, ਜੇ ਮਾਈਨਿੰਗ ਦੇ ਉੱਤੇ ਹੀ ਇਹਨਾਂ ਦਾ ਸਰਕਾਰ ਦੀ ਕੋਈ ਪੋਲਸੀ ਬਣ ਜਾਏ, ਕੰਟਰੋਲ ਹੋ ਜਾਏ, ਤਾਂ ਉੱਥੋਂ ਹੀ ਸਾਨੂੰ ਇਨਕਮ ਬਹੁਤ ਹੈਗੀ ਹੈ। ਦੂਸਰਾ ਪੋਲਸੀ ਹੈ ਜਿੰਨੀਆਂ ਅੰਦਰ ਬਣਦੀਆਂ ਸਾਰੀਆਂ ਬਣ, ਐਕਸਾਈਜ਼ ਪੋਲਸੀ, ਐਕਸਾਈਜ਼ ਪੋਲਸੀ ਤੁਸੀਂ ਦੇਖ ਨਹੀਂ ਸਕਦੇ ਕਿ ਹਰਿਆਣੇ ਦੀ ਕੀ ਹੈ ਜਾਂ ਚੰਡੀਗੜ੍ਹ ਦੀ ਕੀ ਹੈ, ਤੁਸੀਂ ਆਪ ਮਾਰ ਮਾਰ ਦਿਓ, ਉਹਨਾਂ ਦੇ ਬਰਾਬਰ ਲਿਆਓ, ਸੇਲ ਵੱਧ ਹੋਏਗੀ, ਸਮਗਲਿੰਗ ਘੱਟ ਹੋਏਗੀ ਅਤੇ ਆਪਣੇ ਆਪ ਆਏਗੀ। ਤੁਸੀਂ ਰਜਿਸਟਰੀਆਂ ਦੇ ਖਰਚੇ ਵਧਾਤੇ, ਉਹਨਾਂ ਦੀ ਤੁਸੀਂ ਇੱਕ ਮਿਨੀਮਮ ਕਰਤੀ। ਅੱਜ ਜਿਹੜਾ ਲੈਂਡ ਦੀ ਕੋਸਟ ਜੇ 30 ਲੱਖ ਰੁਪਈਆ ਹੈ, ਅਤੇ ਇਹਨਾਂ ਦਾ ਰਜਿਸਟਰੀ ਦੀ ਕੋਸਟ ਉੱਥੇ ਲਿਖੀ ਹੋਈ ਹੈ ਜੀ 60 ਲੱਖ ਰੁਪਏ, ਉਹ ਕੋਈ ਰਜਿਸਟਰੀ ਕਰਾਉਣ ਹੀ ਨਹੀਂ ਜਾਂਦਾ, ਉਹ ਜਿਵੇਂ ਲੈਂਦਾ ਹੀ ਨਹੀਂ। ਉਹਦਾ ਕਰਕੇ ਤੁਸੀਂ ਉਹਨੂੰ ਠੀਕ ਕਰੋ ਤਾਂ ਕਿ ਲੋਕ ਵੱਧ ਤੋਂ ਵੱਧ ਆਉਣ, ਸਰਕਾਰ ਨੂੰ ਰੈਵਨਿਊ ਆਵੇ। ਅੱਜ ਕੀ ਹੈ ਮਾਈਨਿੰਗ ਦੇ ਵਿੱਚ ਕੀ ਹੈ, ਮੰਤਰੀ ਬਣ ਰਹੇ ਆ ਸਾਰੇ, ਜਿਹੜੇ ਵੱਡੇ ਆ ਸਭ ਬਣ ਰਹੇ ਆ ਜੀ, ਚਾਹੇ ਉਹ ਅਕਾਲੀ ਗਵਰਨਮੈਂਟ ਟਾਈਮ ਸੀ ਚਾਹੇ ਇਹਨਾਂ ਦੇ ਗਵਰਨਮੈਂਟ ਟਾਈਮ ਹੈ, ਸਰਕਾਰ ਨੂੰ ਤਾਂ ਰੈਵਨਿਊ ਆਉਂਦਾ ਹੀ ਨਹੀਂ। ਜਿਹੜਾ ਮਾਈਨਿੰਗ ਵਿੱਚ ਤੇਲੰਗਾਨਾ ਮਾਡਲ ਦਾ ਜ਼ਿਕਰ ਹੁੰਦਾ, ਉਹ ਕਿਉਂ ਨਹੀਂ ਇੱਥੇ ਇੰਪਲੀਮੈਂਟ ਹੋ? ਉਹ ਸਭ ਡਰਾਮਾ ਜੀ, ਉਹ ਹੋਣ ਹੀ ਨਹੀਂ ਦਿੰਦੇ ਜੀ, ਕੋਈ ਚਾਹੁੰਦਾ ਹੀ ਨਹੀਂ ਹੈ। ਬਿਊਰੋਕਰੇਸੀ ਹਾਵੀ ਹੈ ਇਹਨਾਂ ਦੇ ਉੱਤੇ, ਕੋਈ ਕਿਸੇ ਦੀ ਕੁਛ ਨਹੀਂ, ਸਭ ਆਪਣੇ ਆਪਣੇ ਲੱਗੇ ਹੋਏ ਆ ਜੀ, ਚਾਹੇ ਕੋਈ ਵੀ ਹੈ ਜੀ। ਨਹੀਂ, ਤੁਸੀਂ ਕਹਿਣਾ ਚਾਹ ਰਹੇ ਹੋ ਕਿ ਮਾਈਨਿੰਗ ਵਿੱਚ ਵੀ ਸਿਆਸਤ ਹੈ, ਮਾਈਨਿੰਗ ਵਿੱਚ ਵੀ, ਐਕਸਾਈਜ਼ ਵਿੱਚ ਵੀ ਸਿਆਸਤ ਹੈ, ਸਾਰੇ ਕਿਤੇ ਸਿਆਸਤ ਹੈ, ਸਾਰੇ ਸਿਆਸਤ। ਥੇੜੀ ਸਾਹਿਬ, ਸਿਆਸਤ ਤਾਂ ਫਿਰ ਖੇਤੀ ਵਿੱਚ ਵੀ ਹੈਗੀ ਹੈ, ਉਹ ਜਦੋਂ ਅਸੀਂ ਨਾ ਪਰਫੋਰਮੇ ਦੇਖਦੇ ਹਾਂ, ਉਹ ਐਫੀਡੇਵਿਟ ਦਿੰਦੇ ਆ, ਜਿਹੜੇ ਹਲਫਨਾਮੇ ਦਿੰਦੇ, ਉਹਦੇ ਵਿੱਚ ਲਿਖਿਆ ਹੁੰਦਾ ਵੀ ਤੁਹਾਡਾ ਕਿੱਤਾ ਕੀ ਹੈਗਾ, ਪੇਸ਼ਾ ਕੀ ਹੈ, ਉਹ ਖੇਤੀਬਾੜੀ ਲਿਖਦੇ ਆ, ਫਿਰ ਖੇਤੀਬਾੜੀ ਘੱਟ 'ਚ ਕਿਉਂ? ਖੇਤੀਬਾੜੀ ਬਾਕੀ ਸਭ ਕਿਤੇ ਤਾਂ ਕਮਾਈ ਜਾਂਦੇ ਸਾਰੇ ਕੁਛ। ਖੇਤੀਬਾੜੀ ਤਾਂ ਘਾਟੇ 'ਚ ਆਏ ਆ ਜੀ, ਵੀ ਖੇਤੀਬਾੜੀ ਦੇ ਜਿਹੜੇ ਖਰਚੇ ਆ ਉਹ ਸਰਕਾਰ ਨੇ ਦੇਣਾ ਸਾਰਾ ਕੁਛ ਖੇਤੀਬਾੜੀ ਨੂੰ, ਖਾਦ ਤੋਂ ਲੈ ਕੇ ਪੈਸਟੀਸਾਈਡ ਤੋਂ ਲੈ ਕੇ ਡੀਜ਼ਲ ਤੋਂ ਲੈ ਕੇ ਸਾਰਾ ਕੁਛ ਸਰਕਾਰ ਨੇ ਨਿਸ਼ਚਿਤ ਕਰਨਾ, ਉਹਦਾ ਤਾਂ ਰੇਟ ਵਧੀ ਜਾਂਦਾ। ਨਹੀਂ, ਹੁਣ ਤਾਂ ਤੁਹਾਡੀ ਬਿਜਲੀ ਫਰੀ 'ਤੇ ਵੀ ਸਵਾਲ ਉੱਠਦੇ ਪਏ ਆ। ਬਿਜਲੀ ਫਰੀ ਨਾਲ ਤਾਂ ਫਰਕ ਹੀ ਨਹੀਂ ਪੈਂਦਾ, ਜੇ ਸਾਨੂੰ ਅਸੀਂ ਕਹਿੰਦੇ ਹਾਂ ਬਿਜਲੀ ਦਾ ਬਿੱਲ ਲੈ ਲਓ ਪਰ ਸਾਨੂੰ ਰੇਟ ਤਾਂ ਦਿਓ, ਜਦ ਸਾਨੂੰ ਰੇਟ ਹੀ ਨਹੀਂ ਮਿਲਦਾ, ਇੱਕ ਛੋਟੀ ਜਿਹੀ ਮਸਲਾ ਹੈ, ਕੋਈ ਬਹੁਤਾ ਵੱਡਾ ਮਸਲਾ ਨਹੀਂ। ਤੁਹਾਨੂੰ ਲਾਗਤ ਦੇ ਬਰਾਬਰ ਚੀਜ਼ਾਂ ਦਿੱਤੀਆਂ ਜਾਣ, ਜੇ ਤੁਹਾਨੂੰ ਬਿਜਲੀ ਦੇ ਬਿੱਲ ਵੀ ਭਰਨ 'ਚ ਕੋਈ ਜਿੰਨਾ ਸਾਡਾ ਰੇਟ ਬਣਦਾ ਸਾਨੂੰ ਰੇਟ ਦਿੱਤਾ ਜਾਵੇ ਤਾਂ ਸਾਤੇ ਬਿਜਲੀ ਦਾ ਬਿੱਲ ਲੈ ਲੈਣ, ਬਿੱਲ ਤਾਂ ਖੁਸ਼ ਹੋ ਕੇ ਲੋਕ ਦੇਣਗੇ। ਅਤੇ ਦੂਜਾ ਮਸਲਾ ਹੈ ਵੀ ਖੇਤੀਬਾੜੀ ਦਾ ਸਰਕਾਰ ਦਾ ਧਿਆਨ ਇਹ ਹੈ ਨਹੀਂ। ਹੁਣ ਮੈਂ ਇੱਕ ਖੇਤੀਬਾੜੀ ਗੱਲ ਕਰੂੰਗਾ, ਹੋਰ ਮੈਂ ਗੱਲ ਨਹੀਂ ਕਰਨੀ ਚਾਹੁੰਦਾ। ਇਹ ਅਵਾਰਾ ਡੰਗਰਾਂ ਦਾ ਮਸਲਾ ਖੜ੍ਹਾ ਹੋਇਆ ਵਾ ਇੱਕ, ਇਹਨਾਂ ਨੇ ਹਰ ਡਿਸਟ੍ਰਿਕਟ ਦੇ ਵਿੱਚ 25 ਏਕੜ ਤੋਂ ਲੈ ਕੇ 40 ਏਕੜ ਤਾਈਂ ਦੀਆਂ ਗਊਸ਼ਾਲਾ ਬਣਾ ਦਿੱਤੀਆਂ, ਉਹਨਾਂ ਦੇ ਵਿੱਚ ਬਣਾ ਤਾਂ ਦਿੱਤੀਆਂ, ਪਰ ਜਦ ਅਸੀਂ ਖੇਤਾਂ 'ਚੋਂ ਪਸ਼ੂਆਂ ਨੂੰ ਫੜ ਕੇ ਛੱਡਣ ਜਾਂਦੇ ਹਾਂ ਨਾ, ਉੱਥੇ ਕੋਈ ਨਹੀਂ ਸੰਘੀਲਦਾ, ਉਹ ਕਹਿੰਦੇ ਆ ਡੰਡਾ ਮਾਰਦੇ ਆ ਬਾਹਰ ਲੈ ਜਾਓ, ਵੀ ਸਾਨੂੰ ਤਾਂ ਸਰਕਾਰ ਖਰਚ ਨਹੀਂ ਦਿੰਦੀ। ਜੇ ਸਰਕਾਰ ਖਰਚ ਦੇਵੇ, ਅਸੀਂ ਉਹਨਾਂ 12 ਪਸ਼ੂਆਂ ਨੂੰ ਉੱਥੇ ਛੱਡ ਕੇ ਆਈਏ, ਸਾਡੀਆਂ ਗਿੱਟ ਗਿੱਟ ਦੀਆਂ ਕਣਕਾਂ ਜਿਹੜੀਆਂ ਅੱਜੇ ਖਾਧੀਆਂ ਜਾ ਰਹੀਆਂ, ਬਿਜਲੀ ਤਾਂ ਉੱਥੇ ਫਰੀ ਹੈਗੀ ਗਊਸ਼ਾਲਾ, ਉਹ ਬਿਜਲੀ ਫਰੀ ਤਾਂ ਹੈਗੀ ਆ, ਜਦ ਸਾਡੀ ਕਣਕੇ ਖਾ ਲਈ, ਬਾਰਿਸ਼ ਨਾਲੇ ਕਣਕ ਤਾਂ ਪਲ ਜੂਗੀ, ਬਿਜਲੀ ਨੂੰ ਕੀ ਕਰਾਂਗੇ, ਕਣਕ ਤਾਂ ਪਸ਼ੂਆਂ ਨੇ ਖਾ ਲਈ। ਆ ਸਾਡੇ ਨਾਲ ਹੁਣੇ ਪਿਛਲੇ ਦਿਨਾਂ 'ਚ ਹੋਇਆ, ਹਰ ਜ਼ਿਲ੍ਹੇ 'ਚ ਹੋਇਆ, ਜੇ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਛੱਡਣ ਜਾਂਦੇ ਆ, ਉਹ ਕਹਿੰਦੇ ਆ ਸਰਕਾਰ ਸਾਨੂੰ ਖਰਚ ਨਹੀਂ ਦਿੰਦੀ, ਜਦੋਂ ਸਰਕਾਰ ਨੇ ਹਰ ਚੀਜ਼ 'ਤੇ ਗਊ ਸੈਸ ਲਾਇਆ ਹੋਇਆ, ਸ਼ਰਾਬ ਤਾਂ ਹੀ ਇਹਨਾਂ ਨੇ ਗਊ ਸੈਸ ਲਾ ਦਿੱਤਾ, ਬਿਜਲੀ 'ਤੇ ਲਾ ਦਿੱਤਾ, ਤਾਂ ਉਹਨਾਂ ਗਊਆਂ ਨੂੰ ਕਿਉਂ ਨਹੀਂ ਰੱਖਿਆ ਜਾਂਦਾ ਉੱਥੇ? ਸਾਡੀ ਆ ਜਿਹੜੀ 4th-5th ਹਿੱਸਾ ਕਣਕ ਦਾ ਪਸ਼ੂਆਂ ਨੇ ਖਾ ਜਾਣੀ ਹੈ, ਉਹਦਾ ਸਾਡੇ 'ਤੇ ਅਸਰ ਪਊਗਾ ਕਿ ਨਹੀਂ ਪਊਗਾ? ਇੱਕ ਮੈਂ ਹੋਰ ਗੱਲ ਕਹਿਣੀ ਚਾਹੁੰਦਾ, ਪਿੱਛੇ ਹੜ੍ਹ ਆਏ, ਉਹ ਕਿਉਂ ਆਏ? ਸਰਕਾਰ ਕੋਲ ਤਾਂ ਆਪਣੇ ਵਾਸਤੇ ਪੈਸਾ ਹੈਗਾ, ਇਹਨਾਂ ਨੇ ਤੁਸੀਂ ਬੰਨੇ ਕਿਸੇ ਕਾਮਯਾਬ ਨਹੀਂ ਕਰਾਇਆ, ਕਿਸੇ ਮਿੱਟੀ ਉਹ ਨਹੀਂ ਪਵਾਈ, ਹੁਣ ਵੀ ਤੁਸੀਂ ਬੰਨ ਟੁੱਟਿਆ, ਜਦੋਂ ਹੜ੍ਹ ਆਏ ਟੁੱਟਿਆ, ਆ ਹੁਣ ਫਿਰ ਟੁੱਟ ਰਿਹਾ, ਜਦੋਂ ਹੜ੍ਹ ਆਏ ਉਹ ਟੁੱਟ ਗਿਆ, ਉਹਨੇ ਪਹਿਲਾਂ ਪਟਿਆਲਾ ਅਤੇ ਸੰਗਰੂਰ ਜ਼ਿਲ੍ਹੇ ਦਾ ਕਿੰਨਾ ਵੱਡਾ ਨੁਕਸਾਨ ਕਰਿਆ, ਉਸ ਤੋਂ ਬਾਅਦ ਜਾ ਕੇ ਲੋਹੀਆਂ ਵਾਲੇ ਪਾਸੇ ਜਲੰਧਰ ਔਰ ਕਪੂਰਥਲੇ ਬਿਲਕੁਲ ਲੋਕ ਮਾਰਤੇ। ਇਹ ਸਰਕਾਰ ਜਿਹੜੇ ਕੇਂਦਰ ਵੱਲੋਂ ਫੰਡ ਆਉਂਦੇ
ਅੱਖਾਂ ਪੂੰਝੀਆਂ ਜਾਂਦੀਆਂ ਜਿਹੜੇ ਕੇਂਦਰ ਦੇ ਫੰਡ ਆ ਉਹ ਵੀ ਸਰਕਾਰ ਆਪ ਖਾ ਜਾਂਦੀ ਹੈ। ਇੱਕ ਮੈਨੂੰ ਹਮੀਰ ਸਿੰਘ ਜੀ, ਇੱਕ ਤਾਂ ਕੇਂਦਰ ਦੇ ਫੰਡਾਂ ਬਾਰੇ ਸਮਝਾਓ, ਉਹਦਾ ਕੀ ਮਾਮਲਾ ਹੈਗਾ? ਕਈ ਵਾਰੀ ਤਾਂ ਲੋਕ ਚਰਚਾ ਜਿਹੜੀ, ਮੈਂ ਤਾਂ ਉਹ ਇਸ ਮੰਚ 'ਤੇ ਜ਼ਰੂਰ ਸਾਂਝੀ ਕਰਦਾ, ਲੋਕ ਚਰਚਾ ਇਹ ਕਹਿੰਦੀ ਹੈਗੀ ਹੈ ਕਿ ਜਿਹੜੇ ਕੋਈ ਵੀ ਕੁਦਰਤੀ ਕਰੋਪੀ ਜਿਹੜੀ ਆਉਂਦੀ ਹੈਗੀ ਆ ਉਹਦੇ ਵਿੱਚ ਸਰਕਾਰੀ ਸਿਸਟਮ ਦਾ ਬਹੁਤ ਵੱਡਾ ਰੋਲ ਹੁੰਦਾ ਕਿ ਇਸ ਕਰੋਪੀ ਨੂੰ ਥੋੜ੍ਹਾ ਜਿਹਾ ਵਧਾ ਦਿੱਤਾ ਜਾਵੇ ਤਾਂ ਜੋ ਸੈਂਟਰ ਦੇ ਫੰਡ ਆ ਜਾਣ ਅਤੇ ਉਹਨੂੰ ਕਿਤੇ ਹੋਰ ਲਾ ਲਿੱਤਾ ਜਾਵੇ। ਇਹ ਹੈ ਸੱਚ ਕੋਈ? ਫੰਡ ਪਹਿਲਾਂ ਹੀ ਅਵੇਲੇਬਲ ਹੁੰਦੇ ਨੇ, ਡਿਜ਼ਾਸਟਰ ਮੈਨੇਜਮੈਂਟ ਫੰਡ ਆਲਰੇਡੀ ਬਣਿਆ ਹੋਇਆ, ਆਉਂਦੇ ਕਿਤੋਂ ਨਹੀਂ, ਇਹਨਾਂ ਕੋਲ ਪਏ ਨੇ, ਕੁਛ ਹਿੱਸਾ ਸਟੇਟ ਗੌਰਮੈਂਟ ਨੇ ਵੀ ਉਹਦੇ 'ਚ ਪਾਉਣਾ ਹੁੰਦਾ। ਪਰ ਸਵਾਲ ਇਹ ਹੈ ਕਿ ਉਹ ਰਿਲੀਫ ਫੰਡ ਹੈ, ਉਹ ਕੰਪਨਸੇਸ਼ਨ ਨਹੀਂ ਹੈ। ਤੁਹਾਡੀ ਫਸਲ ਮਰ ਗਈ 40,000 ਰੁਪਏ ਪਰ ਏਕੜ ਦੀ ਸਪੋਜ਼ ਕਰੋ ਜਾਂ 50,000 ਰੁਪਏ, ਤੁਹਾਨੂੰ ਮਿਲੂਗਾ 8,000 ਰੁਪਏ। ਉਹ ਰਿਲੀਫ ਫੰਡ ਹੈ, ਸਾਡੀ ਪੋਲਿਸੀ ਮੁਆਵਜ਼ਾ ਦੇਣ ਦੀ ਨਹੀਂ ਹੈ, ਪੋਲਿਸੀ ਰਿਲੀਫ ਦੇਣ ਦੀ ਹੈ। ਇਸ ਕਰਕੇ ਲੋਕ ਰੌਲਾ ਪਾਉਂਦਾ। ਰਿਲੀਫ 'ਚ ਵੀ ਫਿਰ ਅੱਗੇ ਪਟਵਾਰੀਆਂ ਨੇ ਦੇਖਣਾ ਹੁੰਦਾ, ਕਈ ਪਟਵਾਰੀ ਜਿਹੜੇ ਸਰਦੇ ਪੁੱਜਦੇ ਨੇ ਜਿਨ੍ਹਾਂ ਦੀ ਪੋਲੀਟੀਕਲ ਬੁੱਕਤ ਆ ਉਹਨਾਂ ਦੀ ਵਿੱਚ ਪਾ ਦਿੰਦੇ ਨੇ ਇਹਦੀ ਮਰ ਗਈ, ਜਿਹੜਾ ਗਰੀਬ ਬੰਦਾ ਪਿੱਛੇ ਤੁਰਿਆ ਫਿਰਦਾ ਉਹਦੀ ਕੱਢ ਦਿੰਦੇ ਨੇ ਉਹਦੇ 'ਚੋਂ। ਇਹ ਜਦੋਂ ਐਡਮਿਨਿਸਟ੍ਰੇਸ਼ਨ ਦੇ ਲੈਵਲ 'ਤੇ, ਗਵਰਨੈਂਸ ਲੈਵਲ 'ਤੇ ਇੰਨੀ ਕਰਪਸ਼ਨ ਹੋਵੇ, ਉਦੋਂ ਉਸ ਜਿਹੜਾ ਲੋੜਵੰਦ ਬੰਦੇ ਤੱਕ ਪੈਸਾ ਪਹੁੰਚ ਜੇ, ਇਹ ਸੰਭਵ ਹੈ ਨਹੀਂ ਹੈ। ਨਹੀਂ, ਬਿਊਰੋਕਰੇਸੀ ਸਾਰਾ ਕੁਝ ਖਰਾਬ ਕਰ ਰਹੀ ਹੈ ਜਾਂ ਸਿਆਸਤਦਾਨ ਖਰਾਬ ਕਰਦੇ ਪਏ? ਦੋਨਾਂ ਦੀ ਮਿਲੀ ਭੁਗਤ ਤੋਂ ਮਿਲੀ ਭੁਗਤ ਹੈ, ਮਿਲੀ ਸਿਆਸਤਦਾਨ ਸੰਭਵ ਨਹੀਂ। ਇੱਕ ਹਮੀਰ ਸਿੰਘ ਜੀ, ਇੱਕ ਸਵਾਲ ਇਹ ਆਉਂਦਾ ਹੈਗਾ ਕਿ ਸਿਆਸਤਦਾਨ ਤਾਂ ਕੰਮ ਕਰਨਾ ਚਾਹ ਰਿਹਾ ਪਰ ਸਿਆਸਤਦਾਨ ਨੂੰ ਬਿਊਰੋਕਰੇਸੀ ਇਹੋ ਜਿਹੇ ਪਹਾੜੇ ਪੜਾਉਂਦੀ ਆ, ਸਿਆਸਤਦਾਨ ਮਜਬੂਰ ਆ ਉੱਥੇ। ਮੈਨੂੰ ਇਹ ਲੱਗਦਾ ਕਿ ਸਾਡੇ ਸਿਆਸਤਦਾਨ ਦਾ ਬੌਧਿਕ ਲੈਵਲ ਹੁਣ ਉਸ ਲੈਵਲ ਦਾ ਬਚਿਆ ਹੀ ਨਹੀਂ ਹੈ ਕਿ ਜਿਹੜੇ ਲੋਕ ਉੱਥੋਂ ਆਉਂਦੇ ਸੀ, ਜਿੰਨੇ 117 MLA ਜਿਹਨੇ, ਉਹਨਾਂ ਨੂੰ ਪੁੱਛੋ ਕਿ ਕਿਹੜੇ ਸਬਜੈਕਟ 'ਤੇ ਉਹਦੀ ਮਾਸਟਰੀ ਆ, ਉਹ ਵਿਧਾਨ ਸਭਾ ਨੂੰ ਦੱਸੇ ਖੜ੍ਹ ਕੇ ਚਾਰ ਘੰਟੇ ਬੋਲੇ, ਅਤੇ ਕਿਹੜੇ ਐਕਸਪਰਟ ਅਸੀਂ ਸਿਆਸਤਦਾਨ, ਸਿਆਸਤਦਾਨਾਂ ਦਾ ਕੱਦ ਹੁੰਦਾ ਸੀ ਅੱਗੇ, ਉਹਦਾ ਲੋਕਾਂ ਦੀ ਨਬਜ਼ 'ਤੇ ਵੀ ਹੱਥ ਹੁੰਦਾ ਸੀ ਅਤੇ ਉਹ ਸਟੱਡੀ ਵੀ ਕਰਦੇ ਸੀ ਲਾਇਬ੍ਰੇਰੀਆਂ 'ਚ। ਬੌਧਿਕ ਕੰਗਾਲੀ ਦੀ ਵਜ੍ਹਾ ਕਰਕੇ ਪੰਜਾਬ ਕੰਗਾਲੀ ਦੇ ਕਗਾਰ 'ਤੇ ਹੈ, ਸੀਰੀਅਸ ਬੌਧਿਕ ਕੰਗਾਲੀ 'ਚ। ਇਸ ਲਈ ਵਿਧਾਨ ਸਭਾ ਦੀਆਂ ਡਿਬੇਟਾਂ ਦਾ ਪੱਧਰ ਦੇਖ ਲਓ ਤੁਸੀਂ। ਮੈਂ ਤੁਹਾਨੂੰ ਇੱਕੋ ਐਗਜ਼ਾਮਪਲ ਦਿੰਦਾ ਕਿ ਜਿਹੜਾ ਖੁਦਕਸੀ 'ਤੇ ਵਿਧਾਨ ਸਭਾ ਨੇ ਇੱਕ ਕਮੇਟੀ ਬਣਾਈ, ਖੁਦਕਸੀ ਪੀੜਤ ਪਰਿਵਾਰਾਂ ਦੀ, ਖੁਦਕਸੀਆਂ ਕਿਵੇਂ ਰੋਕਣ, ਉਹ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਸੀ। ਉਹ ਰਿਪੋਰਟ ਆ ਗਈ ਸ਼ਹਿਦ ਦੀ ਮੱਖੀ, ਤੇ ਜੇ ਤੁਸੀਂ ਉਹ ਸੁੱਕ ਲਓਗੇ ਹੱਸੇ ਤੋਂ ਬਿਨਾਂ ਨਹੀਂ ਰਹਿ ਸਕਦੇ। ਆਪਾਂ ਕਈ ਵਾਰ ਉਹਦੇ 'ਚ ਗੱਲ ਵੀ ਕਹਿੰਦੇ ਵੀ ਸ਼ਹਿਦ ਦੀਆਂ ਮੱਖੀਆਂ ਪਾਲੋ, ਉਹਦੀ ਸੁਗੰਧ ਇਹੋ ਜਿਹੀ ਹੁੰਦੀ ਹੈ, ਜਿਹੜੇ ਬੰਦੇ ਸੁੰਘਣ ਆਉਣ 500-500 ਰੁਪਈਆ ਲੈ ਲਿਆ ਕਰੋ, ਤੁਸੀਂ ਆਪਣਾ ਸਿਸਟਮ ਬਣਾਓ। ਮਤਲਬ ਕੀ ਦੱਸਣ ਜਾ ਰਹੇ ਹੋ ਤੁਸੀਂ? ਇਹ ਲੈਵਲ ਹੈ ਲੋਕਾਂ ਦਾ, ਜਿਹੜਾ ਵਿਧਾਇਕਾਂ ਦਾ ਵੀ, ਜਿਹੜਾ ਅਸੀਂ ਕਹਿ ਰਹੇ ਹਾਂ ਕਿ ਲੋਕਾਂ ਕੋਲ ਕੀ ਕਰਨ ਜਾਂਦੇ ਹੋ। ਔਰ ਲੱਗਦਾ ਇਹ ਅਸਲ 'ਚ ਬੌਧਿਕ ਜਿਹੜਾ ਡਾਊਨ ਜਾਣ ਦਾ ਕੰਮ ਇਹੀ ਹੁੰਦਾ ਇੱਕੋ ਇੱਕ, ਜਦੋਂ ਬੰਦੇ ਨੂੰ ਲੱਗਦਾ ਹੋਵੇ ਮੈਂ ਸਭ ਤੋਂ ਸਿਆਣਾ ਦੁਨੀਆ ਦਾ ਬੰਦਾ, ਇਸ ਲਈ ਮੈਂ ਕਿਸੇ ਤੋਂ ਗਰੈਬ ਨਹੀਂ ਲੈਣੀ, ਤਾਂ ਐਕਚੁਅਲੀ ਉਹ ਬੌਧਿਕ ਤੌਰ ਤੇ ਨੀਚੇ ਆ। ਬਿਲਕੁਲ, ਇਹ ਸਵਾਲ ਬੰਦੇ ਤਾਂ ਮਾਰਾ ਤੋਂ ਪੁੱਛ ਲਓ, ਗੱਲ ਕਰ ਲਓ, ਡਿਬੇਟ ਕਰ ਲਓ, ਲੋਕਾਂ ਦੇ ਬੰਦੇ ਬੁਲਾ ਲਓ ਕਿ ਕੀ ਕਰੀਏ ਪੰਜਾਬ ਦਾ। ਕਿੰਨੀਆਂ ਮੀਟਿੰਗਾਂ ਪੰਜਾਬ ਸਰਕਾਰ ਕਰ ਰਹੀ ਹੈ ਕਿ ਅਸੀਂ ਆਰਥਿਕ ਸੰਕਟ 'ਚ, ਜਿਹੜੇ ਦੁਨੀਆ ਭਰ ਦੇ ਵਿੱਚ ਜਾਂ ਦੇਸ਼ ਦੇ ਵਿੱਚ ਜਾਂ ਕੁਝ ਪੰਜਾਬ ਦੇ ਵਿੱਚ ਜਿਹੜੇ ਆਰਥਿਕ ਮਾਹਰ ਨੇ ਅਤੇ ਜਿਹੜੇ ਲੋਕਾਂ ਦੇ ਨਾਲ ਸਰੋਕਾਰ ਵੀ ਰੱਖਦੇ ਨੇ, ਉਹਨਾਂ ਨੂੰ ਬੁਲਾ ਕੇ ਕਿੰਨੀਆਂ ਕਾਨਫਰੰਸਾਂ ਹੋਈਆਂ ਨੇ? ਕਾਨਫਰੰਸ ਹੁੰਦੀ ਹੈ ਵੱਡੇ ਵੱਡੇ ਉਦਯੋਗਪਤੀਆਂ ਦੀ ਕਿ ਤੁਹਾਨੂੰ ਅਸੀਂ ਕੀ ਦੇ ਦਾਂਗੇ, ਕਾਨਫਰੰਸ ਹੁੰਦੀ ਹੈ ਕਿਤੇ ਇੱਥੇ ਹੋਰ ਜਿਹੜੇ ਮਾਮਲੇ ਬਿਊਰੋਕਰੇਟ ਦੀ ਕਿ ਕਿਤੋਂ ਵੀ ਬੁਲਾ ਲਓ, ਕਦੇ ਇਹੋ ਜਿਹੀ ਕਾਨਫਰੰਸ ਤੁਸੀਂ ਸੁਣੀ ਹੈ? ਠੀਕ ਹੈ, ਇਹ ਬਹੁਤ ਅਹਿਮ ਸਵਾਲ ਹੈਗਾ, ਬਹੁਤ ਕੰਗਾਲੀ ਹੈ, ਉਸ ਕਰਕੇ ਅਸੀਂ ਖਤਰਨਾਕ ਪੱਧਰ 'ਤੇ ਪਹੁੰਚ ਗਏ ਹੈਗੇ ਹਾਂ। ਪੰਜਾਬ ਦਾ ਖਜ਼ਾਨਾ ਖਾਲੀ ਕਿਉਂ? ਪਰ ਸਭ ਦੇ ਵਿਚਾਲੇ ਸਵਾਲ ਇਹ ਵੀ ਹੈਗਾ, ਕੈਪਟਨ ਅਤੇ ਬਾਦਲ 'ਚੋਂ ਕਿਸ ਨੇ ਕੰਗਾਲ ਕੀਤਾ ਪੰਜਾਬ? ਇਹ ਸਵਾਲ ਕਿਉਂ ਨਹੀਂ ਐਡਰੈਸ ਹੋ ਰਿਹਾ? ਬ੍ਰੇਕ ਤੋਂ ਵਾਪਸ ਆ ਕੇ ਇਹ ਸਵਾਲ ਹੋਵੇਗਾ, ਜ਼ਰੂਰ ਆਖਰੀ ਹਿੱਸੇ 'ਚ ਹੋਵਾਂਗੇ ਅਸੀਂ। ਪੰਜਾਬ ਸਰਕਾਰ ਨੇ ਖਜ਼ਾਨੇ ਬਾਰੇ ਕੀ ਮੰਨਿਆ, ਇਸ ਸਵਾਲ 'ਤੇ ਅਸੀਂ ਵਾਪਸ ਆਏ। ਹਮੀਰ ਸਿੰਘ, ਇੱਕ ਛੋਟਾ ਜਿਹਾ ਮੈਨੂੰ ਜਵਾਬ ਦੇ ਦਿਓ। ਕੈਪਟਨ ਅਮਰਿੰਦਰ ਸਿੰਘ ਦੀ ਇਹ ਪੋਸਟ ਹੈਗੀ ਹੈ 6 ਫਰਵਰੀ 2018 ਦੀ, ਫੇਸਬੁੱਕ 'ਤੇ ਪਈ ਹੈ, ਤੁਸੀਂ ਪੜ੍ਹ ਸਕਦੇ ਹੋ। ਉਹਦੇ ਵਿੱਚ ਲਿਖਿਆ ਵੀ ਜਿਹੜੇ ਸਾਡੇ ਰਾਜ ਦੇ ਨੁਮਾਇੰਦੇ ਹੈਗੇ ਉਹਨਾਂ ਦੀ ਆਮਦਨੀ ਟੈਕਸ ਪਹਿਲਾਂ ਅਦਾ ਕੀਤੀ ਜਾਂਦੀ ਸੀ, ਹੁਣ ਸਰਕਾਰ ਅਦਾ ਕਰਿਆ ਕਰੇਗੀ। ਇਸ ਵੱਲ ਕੋਈ ਕਦਮ ਅੱਗੇ ਵਧਿਆ? ਇਹਦੇ ਵਿੱਚ ਦੱਸਿਆ ਗਿਆ ਕਿ ਸਾਲਾਨਾ 11.08 ਕਰੋੜ ਰੁਪਏ ਬਚਾਏ ਜਾ ਸਕਣਗੇ। ਇਹ ਆਪਦੇ ਆਪ ਦੇ ਵਿੱਚ ਸੀਗਾ, ਮਤਲਬ ਜਿਹੜੇ MLA ਨੂੰ ਮਿਲਦੀ ਹੈ ਆਮਦਨ ਹੁੰਦੀ ਹੈ, ਆ ਜਿਹੜੇ ਇੱਥੋਂ ਦੀ ਤਨਖਾਹ ਦੀ, ਉਹ ਸਟੇਟ ਪੇ ਕਰੇਗੀ। ਆਮਦਨ ਟੈਕਸ ਕਿਉਂ ਕੋਈ ਹੋਰ ਪੇ ਕਰੇਗਾ? ਉਹ ਤਾਂ ਆਮਦਨ 'ਤੇ ਟੈਕਸ ਹੈ ਨਾ, ਉਹ ਤਾਂ ਕੋਈ ਟੈਕਸ ਇਹੋ ਜਿਹਾ ਨਹੀਂ ਹੈ ਕਿ ਕਿਤੇ ਹੋਰ ਲਾ। ਇਹ ਗਲਤ ਪ੍ਰਥਾ ਪਾਈ ਗਈ ਸੀ, ਉਹ ਤਾਂ ਹੈ ਹੀ ਹੈ। ਪਰ ਨਾਲ ਦੀ ਨਾਲ ਇੱਕ ਗੱਲ ਮੈਂ ਇਹਦੇ 'ਚ ਇਹ ਕਹਿਣਾ ਚਾਹੁੰਦਾ ਕਿ ਕ੍ਰਾਈਸਿਸ ਜਿਹੜਾ ਹੈ ਇਕੱਲਾ ਪੰਜਾਬ ਦਾ ਨਹੀਂ, ਓਵਰਆਲ ਕੰਟਰੀ 'ਚ ਵੀ ਹੈ। ਮੋਦੀ ਸਾਹਿਬ ਨੇ 2021 'ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਇੱਕ ਨਾਰਾ ਦਿੱਤਾ ਹੋਇਆ 5-6 ਸਾਲ ਤੋਂ, ਔਰ ਖੇਤੀ ਦੀ ਐਵਰੇਜ ਗਰੋਥ ਰੇਟ 2.99 ਰਹਿ ਗਈ ਹੈ, ਉਦੋਂ ਵੀ ਘੱਟ ਗਈ ਹੈ। ਅਸੀਂ $5 ਟ੍ਰਿਲੀਅਨ ਦੀ ਅਰਥ ਵਿਵਸਥਾ ਦੀ ਗੱਲ ਕਰਦੇ, ਰੇਟ ਆਫ ਗਰੋਥ 5 ਤੋਂ ਨੀਚੇ ਆਉਣਾ ਸ਼ੁਰੂ ਹੋ ਗਈ ਹੈ। ਇਹ ਓਵਰਆਲ ਵੀ ਕਿਤੇ ਨਹੀਂ ਸੋਚਿਆ ਜਾ ਰਿਹਾ। GST ਦਾ ਵੀ ਜਿਹੜਾ ਉਹਨਾਂ ਨੇ ਸਟੇਟਾਂ ਨੂੰ ਸ਼ੇਅਰ ਦੇਣਾ ਸੀ, ਇਹ ਕੇਂਦਰੀ ਫਾਈਨਾਂਸ ਮਿਨਿਸਟਰ ਦਾ ਆਪਦਾ ਬਿਆਨ ਹੈ, 1,09,000 ਕਰੋੜ ਰੁਪਈਆ ਅਲੱਗ ਰੱਖਿਆ ਸੀ, ਅਲੱਗ ਸੈਸ ਸੀ, ਉਹਦੇ 'ਚ ਵੀ ਬਹੁਤ ਘੱਟ ਸਾਨੂੰ ਪੈਸੇ ਆਏ ਨੇ। ਔਰ ਪੰਜਾਬ ਸਰਕਾਰ ਦਾ ਤਾਂ ਸਿੱਧਾ 78,000 ਕਰੋੜ ਰੁਪਏ ਦਾ ਪਿਛਲਾ ਟੀਚਾ ਇਹਨਾਂ ਦਾ, ਉਹ 'ਚੋਂ 32,000
पूरी दुनिया के मनती है, भारत में भी मनती है, हालांकि सरकार पहले मनती नहीं पई सी, हुण मनना भी शुरू हो गया। सवाल हैगा उस मंदी दौर में असी कल्ला कैप्टन बादल ते इल्जाम कलाने पे मंदी ओवरऑल ही है, पर मंदी जिहड़ी हैगी है ना साडीआं सरकारां दे कुछ कर ही नहीं रही है जी। उत्थे बहुत कदम उठाए जाते हैं, बाहर तुसीं देखो कोई ऐसी गल नहीं है, सारे गल चल रहे हैं, पर साढ़े तो इत्थे कुछ नहीं है जी। कोई सरकार कोई कुछ नहीं करती, कोई पॉलिसी नहीं है, कोई कुछ नहीं है। जिवें इन्हां ने दस्या कि कुछ बंदियां नूं बुला के तो किया जाए, जिहड़े इंडस्ट्री दे विच है, जिहड़ा एसएमई हैगी है, स्मॉल स्केल हैगा, वह बोन हैगी है इंडस्ट्री की, वड्डी इंडस्ट्री लिया के सरकार ने तो कही इंडस्ट्री पॉलिसी असी बनाई है, सरकार ने इंडस्ट्रियल पॉलिसी बनाई, पर इंप्लीमेंट कितने केड़ी हुंदी है? एसएमई नू तो मार रहे हैं, एसएमई नू 7-7.5 रुपए बिजली मिल रही है, वड्डे यूनिटां नू जिन्ने लार्ज स्केल दे उहनां नू 5 रुपए मिल रही है, ठीक केवल 8000 परिवार नू उह बिजली दा ज्यादा वड्डा हिस्सा जा रहा है। स्मॉल स्केल नू हर चीज महंगी मिल रही है, लोन स्मॉल स्केल नू नहीं मिल रहे, महंगे मिल रहे, हर चीज है, कोई पॉलिसी बनदी है। पीएसआईसी दा ला लो, करोड़ां रुपए दा घोटाला हो गया, विजिलेंस ने इनक्वायरी कर ली, वह चक के दबा ली, किन्ने प्लॉट की उसे पीएसआईसी नु कहंदे ने सामलाटा दे देणियां दे देणियां जी। बिल्कुल तुसीं कर केपी जी, जिहड़ी चावला साहब ने गल कीती है ना, मैं उहदे ते इक चीज़ होर उहदे ते ऐड कर दिंदा वी, जिहड़ी तुसीं गल कीती वी जिहड़ी साडी मंदी है या वैश्विक जिहड़ियां प्रॉब्लम्स ने उहनां दा साडे ते की असर हो रिहा। देखो साडियां पॉलिसीज़ किद्दां जा रहीहां, असीं सेंटर सरकार दी पॉलिसी देखदे हां जी। सेंटर सरकार ने निर्मला सीतारमन जी ने 1,45,000 करोड़ दा पैकेज देता कारपोरेट्स नू, ठीक है जी। उन्होंने ये दिता भी इंडस्ट्री साइड तो शायद इंप्लॉयमेंट जनरेट इन्वेस्टमेंट आ जाएगी, इंप्लॉयमेंट जनरेट होएगी, इदा ही 25,000 करोड़ रुपया रेरा दे वास्ते देता, रियल एस्टेट वास्ते देता। अगेंस्ट जो असं देखते भी स्टेटा ने की कदम चके ने, सूबाई सरकार ने की कदम चके, सूबाई सरकार ने 9 सरकार ने बिजली दी दरां वधाती, चलान के रेट वधाते पंजाब सरकार ने। हुण असी 80 नवी अपॉइंटमेंट्स करन लगे हैं, पंजाब एग्रो पीएसबीटी पंजाब स्टेट बोर्ड टेक्निकल एजुकेशन 12 एडवाइजर लगे हुए हैं, 3 वाइस चेयरमैन ने प्लैनिंग बोर्ड के। जो असी खर्चे देखते हैं इन्हों का असर किस ते जा रहा है, ये जा रहा है लोगों से, खजाने तो अल्टीमेटली पुरानी बोर्ड के 3 वाइस चेयरमैन तुसी गल कर रहे हो, वो की करदे पे, केड़ी प्लानिंग करदे पे? मेरी जिहड़ी 1 मिनट तुसी गल पूरी कर लैण दो जी, मैनू जिहड़ियां ये प्रॉब्लम्स आ रही ने, सेंटर सरकार ये कोशिश कर रही है भी इन्वेस्टमेंट के कारण, इन्वेस्टमेंट के कारण कोई इदां दा हीला हो जाए भी लोगों के भी डिमांड जनरेट हो जाए। असी स्टेट लैवल पर की स्टैप्स चक रहे हैं, असी लोगों की डिमांड नू होर कतल करन लगे हुए हैं, तो वो तो दोनों की आपस किसी पास सिंक्रोनाइजेशन बन ही नहीं रही है। मंदी तो होर गहराएगी जी, हजे तो तेल वाला अग लाएगा वो अलग चीज़ है, पर जे असी डोमेस्टिक फैक्टर्स की गल कर रहे हैं, जिहड़ी सर ने गल की है चावला जी ने भी, वो साडी सिंक्रोनाइजेशन की पॉलिसीज़ गलत पॉलिसी दोनों की। जुलाई तो बाद एक भी मीटिंग मोदी साहब ने सेंटर ते स्टेट्स की नहीं करवाई, जबकि होनी चाहिए इस वेले। वैसे मेरा बजट पेश होने वाले है, एको ही गल है कि जिहड़ी डिमांड साइज है इनू वधाउणा पएगा, ये गल ठीक है, पर डिमांड कितों ज़्यादा बधेगी? मनरेगा तुहाडी बंद है, बिल्कुल अनऑर्गेनाइज सैक्टर च पंप करना पएगा तुहानू पैसा, डिमांड उत्थों आएगी 100% जो मार्केट जाएगा तो मार्केट चलेगी, उधर तो बिल्कुल जीरो है पॉलिसी, गवर्नमेंट ऑफ इंडिया की भी और स्टेट गवर्नमेंट की भी नहीं। स्टेट गवर्नमेंट मनरेगा का फायदा क्यों लेना चाह रही? नहीं लेना नहीं चाह रही, पता नहीं सब तो दिमाग के बच्चे है भी पंजाब तो मनरेगा लागू ही नहीं हो सकती जी, पता नहीं खेती लोगों सीजन के मैकानाइजेशन होने करके खेती च 27 दिन का काम बचा एवरेज, बाकी दिन वो वेले ने, बाकी दिन मनरेगा च क्यों नहीं देंगे? क्योंकि जिमें जिमें मशीनीकरण हो रहा तिमें तिमें जॉब तो जी अनऑर्गेनाइज सैक्टर की घट ही रही है। ठीक है थेड़ी साहब, थेड़ी साहब मनरेगा तहत खेत मजदूर भी काम करना चाह रहे हैं? खेत मजदूर चाहता जी जो उन्होंने काम लाया जाए, नरेगा तो बिल्कुल फेल है, इतने नरेगा तो साडे सिर ते ना एक घाटे वाला काम होया पिया। नरेगा दे विच तां हर पिंड दे विच 2 या 4 दिन सड़कां दे उत्ते रड़का मरा के ना खुरपा मरा के होर कोई कम्मे नहीं पिंडां च कराया गया, सरकार दसे भी होर कोई काम कराया? फेल हो गई है सरकार ने, फेल कराती, सरकार ने फेल कराई है जी, सरकार 5 एकड़ तक किसानां नूं भी उहनां दे खेत च काम करके उहदे पैसे मिल सकदे। मैं कहना चाहुंदा सरकार ने किसानी सरकार ने फेल करी पिछले सालां दे विचों, कई सालां तों दसो इन्हां ने एग्रीकल्चर यूनिवर्सिटी नूं किहड़ा फंड दित्ता, ਕਿਹੜਾ ਪੰਜਾਬ 'ਚ ਬਦਮਾ ਪੀ ਜਾਇਆ? ਇਹ ਸਵਾਲ ਬੜਾ ਮਹੱਤਵਪੂਰਨ ਹੈ। ਇੱਕ ਸਵਾਲ ਨਾ ਹੁਣ ਪੋਲੀਟੀਕਲ ਪਾਰਟੀਆਂ ਵੀ ਪੁੱਛਦੀਆਂ ਪਈਆਂ, ਵਿਰੋਧੀ ਪਾਰਟੀ, ਮੈਂ ਉਹਨਾਂ ਦੇ ਸਵਾਲ ਬਹੁਤ ਘੱਟ ਲੈ ਕੇ, ਕਿਉਂਕਿ ਉਹਦੇ ਵਿੱਚ ਸਿਆਸਤ ਜ਼ਿਆਦਾ ਹੈਗੀ ਹੈ। ਉਹ ਕਹਿੰਦੇ ਵੀ ਤੁਸੀਂ ਵਿਕਾਸ ਦੇ ਕੰਮ ਹੁਣ ਜੋ ਰੋਕ ਰਹੇ ਹੋ, ਇਸ ਤੋਂ ਪਹਿਲਾਂ ਤੁਸੀਂ ਕਿਹੜੇ ਕਰ ਰਹੇ ਸੀਗੇ? ਇਸ ਸਵਾਲ ਦਾ ਜਵਾਬ ਹੈਗਾ ਕੋਈ ਕੀਤੇ ਵਿਕਾਸ ਦੇ ਕੰਮ ਪੰਜਾਬ ਸਰਕਾਰ ਨੇ? ਕੋਈ ਹੈ ਉਹ ਨਹੀਂ ਜੀ, ਹੈ ਕਿੱਥੋਂ? ਮੈਂ ਕਹਿੰਦਾ ਸਰਕਾਰ ਕਰਦੀ ਸੀ,
किसानी वास्ते किसी सरकार ने कम नहीं करे किसानी वास्ते नहीं किया वैसे किसानी वास्ते डेवलपमेंट हुई है वैसे कि नहीं हुई पिछली सरकार मेरे डेवलपमेंट हुई है पिंडा दी बननी पौगी पर आ 3 साल विच ता पिंड चावल तुसी मानदे हो चावल तुसी मानदे हो पिछली सरकार में डेवलपमेंट हुई है उस तो बाद आके इस सरकार दे विच ता नहीं जो जो पिछली सरकार हुण कहंदी हैगी कि साडे कीते काम इन्होंने रोकते चाहे फोकल पॉइंट मारने हुण चाहे कुछ होर करना होवे तुसी इसने इत्तफाक रखदे हो नहीं ਉਹ ਕੋਈ ਇਹਨਾਂ ਨੇ ਰੋਕੇ ਨਹੀਂ ਹੈ ਪਰ ਜਿੰਨੇ ਕੰਮ ਹੋਏ ਸੀ ਉਹੀ ਹੋਏ ਹੈ ਕਰਕੇ ਹੈਗਾ ਉਹਨਾਂ ਕੰਮਾਂ ਨੂੰ ਨਹੀਂ ਰੋਕਿਆ ਗਿਆ ਪਰ ਅੱਗੇ ਵੀ ਜ਼ਿਆਦਾ ਕੋਈ ਜ਼ਿਆਦਾ ਕੰਮ ਨਹੀਂ ਹੋਏ ਕਿਉਂਕਿ ਗਵਰਨਮੈਂਟ ਪਹਿਲੇ ਦਿਨ ਤੋਂ ਹੀ ਕਹਿ ਰਹੀ ਕਿ ਖਜ਼ਾਨਾ ਖਾਲੀ ਕਰਕੇ ਜੀ ਖਜ਼ਾਨੇ 'ਚ ਪੈਸਾ ਇੱਕ ਸਵਾਲ ਦਾ ਮੈਨੂੰ ਜਵਾਬ ਦੇ ਦਿਓ ਜਿਹੜੇ ਆ ਸਾਰੇ ਪੋਲੀਟੀਸ਼ੀਅਨ ਹੈਗੇ ਐ MLA ਬਣਦੇ ਆ ਪੰਜਵੀਂ ਵਾਰੀ ਬਣ ਗਏ ਚੌਥੀ ਵਾਰੀ ਬਣ ਗਏ ਇਹਨਾਂ ਦੀ ਪੈਨਸ਼ਨ ਜਿਹੜੀ ਹੈਗੀ ਆ ਉਸ ਬਾਰੇ ਕੋਈ ਨਵੀਂ ਚੀਜ਼ ਹੋਣੀ ਚਾਹੀਦੀ ਜੋ ਇਹਨਾਂ ਨੂੰ ਮਿਲਦਾ ਪਿਆ ਮਿਲੋ ਜੀ ਦਿਓ ਜੀ ਬਿਲਕੁਲ ਠੀਕ ਹੈ ਜੀ ਮੈਂ ਤੁਹਾਡੇ ਇਹਦੇ 'ਚ ਥੋੜ੍ਹਾ ਜਿਹਾ ਦੱਸ ਦਿੰਦਾ ਵੀ ਇੱਕ MLA ਨੇ ਇਸ ਵਾਰੀ 25 ਸਾਲ ਦੀ ਉਹਨਾਂ ਦੀ ਉਮਰ 30 ਸਾਲ ਤੇ ਜਾਂਦੇ ਨੂੰ ਉਹਨਾਂ ਨੂੰ ਪੈਨਸ਼ਨ ਲੱਗ ਜਾਂਦੀ ਕੁਵਾਇਆ ਸਾਹਿਬ ਨਾ ਦਵਿੰਦਰ ਕੁਵਾਇਆ ਤੁਸੀਂ ਚਲੋ ਮੈਂ ਨਾਮ ਨਹੀਂ ਸੀ ਲੈ ਰਿਹਾ ਮੈਂ ਲੈ ਰਿਹਾ ਨਾ ਠੀਕ ਹੈ ਜੀ ਤੁਸੀਂ ਮੈਨੂੰ ਦੱਸੋ ਵੀ 30 ਸਾਲ ਤੇ ਇੱਕ ਬੰਦੇ ਦੀ ਪੈਨਸ਼ਨ ਲੱਗ ਜੇ ਇੱਥੇ ਜਦੋਂ ਅਸੀਂ ਬੁਢਾਪਾ ਪੈਨਸ਼ਨ ਦਿੰਦੇ ਹਾਂ 700 ਰੁਪਈਆ ਦਿੰਦੇ ਉਹ ਵੀ ਪੂਰੀ ਨਹੀਂ ਮਿਲਦੀ ਕਿਸੇ ਨੂੰ ਮਿਲਦੀ ਹੈ ਕਿਸੇ ਨੂੰ ਨਹੀਂ ਮਿਲਦੀ ਤੇ ਇਹਨਾਂ ਵਾਸਤੇ ਕੋਈ ਨਾ ਕੋਈ ਇਹਦਾ ਕਿਤੇ ਨਾ ਕਿਤੇ ਜੀ ਮੈਸੇਜ ਇਹ ਥੋੜਾ ਖੁੱਲ ਕੇ ਨਹੀਂ ਬੋਲਦੇ ਮੈਂ ਤੁਸੀਂ ਖੁੱਲ ਕੇ ਮੈਨੂੰ ਦੱਸ ਦਿਓ ਕਿ ਇਸ ਪੈਨਸ਼ਨਾਂ ਤੇ ਜਾਂ ਇਸ ਪੱਤਿਆਂ ਤੇ ਬਾਰੇ ਕੁਝ ਸੋਚਣਾ ਚਾਹੀਦਾ ਕਿ ਇਹਨਾਂ ਨੂੰ ਨਵੀਆਂ ਗੱਡੀਆਂ ਕਰਨੀ ਪਹਿਲੀ ਗੱਲ ਤਾਂ ਉਹਦੇ ਲਈ ਕੋਈ ਇੰਡੀਪੈਂਡੈਂਟ ਅਥਾਰਟੀ ਹੋਣੀ ਚਾਹੀਦੀ ਹੈ ਆਪਣੇ ਪੈਸੇ ਆਪ ਹੀ ਵਧਾ ਲਓ ਜਿਹੜਾ ਇਹ ਸਿਸਟਮ ਹੁੰਦਾ ਨਾ ਵੈਸੇ ਹੀ ਗਲਤ ਹੁੰਦਾ ਇਹਦੇ ਬਾਰੇ ਤਾਂ ਮੈਨੀਫੈਸਟੋ ਵਿੱਚ ਵੀ ਨਹੀਂ ਦੱਸਦੇ ਨਾ ਨਹੀਂ ਦੱਸ ਸਭ ਦੀ ਸਹਿਮਤੀ ਹੈ ਹਾਂ ਜੇ ਹੁਣ ਬਾਦਲ ਸਾਹਿਬ ਅੱਜ 5,40,000 ਰੁਪਏ ਮਹੀਨਾ ਪੈਨਸ਼ਨ ਲੈ ਰਹੇ ਨੇ ਜਿਹੜਾ 6 ਵਾਰ MLA ਅਰਜਿੰਦਰ ਕੌਰ ਪੱਠੜ ਸਰਵਣ ਸਿੰਘ ਫਲੋਰ ਬਾਕੀ ਦੇ ਬੰਦੇ ਸਾਰੇ ਉਹ 3,40,000 ਰੁਪਏ ਮਤਲਬ ਮਲਟੀਪਲਾਈ ਹੋ ਕੇ ਕਿਉਂ ਮਿਲਦੀ ਹੈ ਕੰਮ 'ਚ ਪੈਨਸ਼ਨ ਇੱਕ ਵਾਰ ਹੁੰਦੀ ਹੈ ਨਾ ਵੀ ਜਿੰਨਾ ਤੁਹਾਨੂੰ ਲੋੜ ਹੈ ਜ਼ਿੰਦਗੀ ਦੀ ਉਹਦੇ ਮੁਤਾਬਕ ਤੇ ਸਾਨੂੰ ਨਹੀਂ ਮਿਲ ਸਕਦੀ 5-6 ਵਾਰੀ ਇਹੀ ਤਾਂ ਦੁਨੀਆਂ 'ਚ ਕਿਤੇ ਹੈ ਮੇਰਾ ਖਿਆਲ ਹੈ ਇਸ ਲੈਵਲ ਦਾ ਸੈਟਅਪ ਨਹੀਂ ਹੈ ਕਿ ਤੁਸੀਂ ਇੰਨੀਆਂ ਪੈਨਸ਼ਨਾਂ ਲੈਂਦੇ ਜਾਓ ਜਿੰਨੇ ਵਾਰ ਇਸ ਬਾਰੇ ਸਵਾਲ ਕਿਉਂ ਨਹੀਂ ਖੜਾ ਕੀਤਾ ਜਾ ਰਿਹਾ ਤੇ ਇਹ ਸਵਾਲ ਕਿਹਨੇ ਕਰਨਾ ਪੋਲੀਟੀਸ਼ੀਅਨ ਕਰਦਾ ਹੁੰਦਾ ਸਵਾਲ ਖੜੇ ਪੋਲੀਟੀਸ਼ੀਅਨ ਇਹਦੇ ਤੇ ਸਹਿਮਤ ਨੇ ਸਾਰੇ ਕਿਉਂਕਿ ਸਭ ਨੂੰ ਮਿਲਦੀ ਹੈ ਕਿਸੇ ਇੱਕ ਨੂੰ ਥੋੜੀ ਮਿਲਦੀ ਨਹੀਂ ਫਿਰ ਜਿਹੜੇ ਆ ਜਿਹੜੇ ਜਨਤਾ ਚੋਣਾ ਚਾਹੀਦਾ ਜਿਹੜੇ ਪ੍ਰੈਸ ਸਾਹਮਣੇ ਆਏ ਦੇ ਲੈ ਕੇ ਮੈਂ 1 ਮਹੀਨੇ ਦੀ ਤਨਖਾਹ ਨਹੀਂ ਲੈ ਰਿਹਾ ਜੀ ਇਸ ਵਾਰ ਉਹਦਾ ਕੀ ਮਤਲਬ ਹੈ ਵੈਸੇ ਹੀ ਲੈਣਾ ਗੁਨਾਹ ਇਹ ਮੇਰਾ ਖਿਆਲ ਹੈ ਜਿਨ੍ਹਾਂ ਦਾ ਕੰਮ ਬੜਾ ਚੱਲਦਾ ਜਾਂ ਤਾਂ ਉਹ ਪੋਲੀਟੀਸ਼ੀਅਨਾਂ ਲਈ ਸੀ ਇਹ ਪੈਨਸ਼ਨ ਕਦੇ ਜਦੋਂ ਤਿਆਗ ਦੀ ਮੂਰਤੀ ਸੀ ਘਰ ਦੇ ਕੰਮ ਛੱਡ ਕੇ ਨਰੋਲ ਲੋਕਾਂ ਦੇ ਲਈ ਸੀ ਜਦੋਂ ਸਿਆਸਤਦਾਨ ਹੁਣ ਜੇ ਉਹ ਘਰ ਦਾ ਬਿਜ਼ਨਸ ਵੀ ਕਰਦਾ ਬਾਕੀ ਵੀ ਪੈਨਸ਼ਨ ਦੀ ਤੁਕੇ ਨਹੀਂ ਬਚਦੀ ਇਹ ਇਮਾਨਦਾਰ ਸਿਆਸਤਦਾਨ ਲਈ ਸੀ ਵੀ ਤੇਰੀ ਰੋਜੀ ਰੋਟੀ ਇਹਦੇ ਨਾਲ ਚੱਲਦੀ ਹੋਵੇ ਨੈਤਿਕਤਾ ਮਰ ਗਈ ਹੈ ਤੇਰੇ ਤੇ ਬਿਲਕੁਲ ਹੀ ਹੁਣ ਤਾਂ ਇੱਕ 5 ਪੈਸੇ ਨਹੀਂ ਕੈਪਟਨ ਅਮਰਿੰਦਰ ਸਿੰਘ ਨੇ ਇੱਥੇ ਅਸੈਂਬਲੀ ਦੇ ਵਿੱਚ ਖੜ ਕੇ 2017 ਦੀ ਪਹਿਲੀ ਅਸੈਂਬਲੀ 'ਚ ਖੜਾ ਕੀਤਾ ਵੀ ਆਓ ਆਪਾਂ ਜਿਹੜੇ ਵੱਡੇ ਆ ਮੈਂ ਬਾਦਲ ਨੇ ਬਾਕੀ ਹੈ ਬਿਜਲੀ ਦੀ ਸਬਸਿਡੀ ਛੱਡੀਏ ਇੱਕ ਵੀ ਆਇਆ ਇੱਕ ਵੀ ਬੰਦਾ ਨਹੀਂ ਆਇਆ ਬਲਕਿ ਫਾਈਨਾਂਸ ਮਿਨਿਸਟਰ ਮਨਪ੍ਰੀਤ ਬਾਦਲ ਨੇ ਕਿਹਾ ਬਾਹਰ ਜਦੋਂ ਗੱਲ ਹੋਈ ਉਹ ਕਹਿੰਦਾ ਮੇਰੇ ਤਾਂ ਬਿਜਲੀ ਦੀ ਮੋਟਰੇ ਕੋਈ ਨਹੀਂ ਅਸੀਂ 15 ਦਿਨ ਬਾਅਦ ਛਾਪਿਆ ਕਿ ਆਹ ਮਨਪ੍ਰੀਤ ਦੇ ਬਾਦਲ ਦੇ ਨਾਂ ਤੇ ਬਿਜਲੀ ਦੀਆਂ ਮੋਟਰਾਂ ਨੇ ਫਿਰ ਕਿੰਨੀਆਂ ਉਹ ਵੀ ਦੱਸ ਦਿਓ ਦੋ ਮੋਟਰਾਂ ਤਾਂ ਉਦੋਂ ਛਾਪੀਆਂ ਸੀ ਜਿਹੜੀਆਂ ਲੱਭੀਆਂ ਤੇ ਉਦੋਂ ਬਾਅਦ ਵੀ ਫਿਰ ਵੀ ਕੋਈ ਗੱਲ ਨਹੀਂ ਉਹ ਤਾਂ ਹਮੇਸ਼ਾ ਤੁਸੀਂ ਗੱਲ ਕਿਵੇਂ ਕਰੋ ਉਸ ਆਪਣੇ ਆ ਨਹੀਂ ਚਾਹੀਦੀਆਂ ਉਸ ਪਰਿਵਾਰ ਦੀਆਂ ਚਾਹੀਦੀਆਂ ਵੀ ਕਿੰਨੀਆਂ ਹੋ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਉਸ ਟਾਈਪ ਚਲੋ ਇੱਕ ਆਖਰੀ ਸਵਾਲ ਜਵਾਬ ਦਿਓ ਔਰ ਗੱਲ ਕੇਵਲ ਕੈਪਟਨ ਤੇ ਬਾਦਲ ਚੋਂ ਕੰਗਾਲ ਕਿਸ ਨੇ ਕੀਤਾ ਪੰਜਾਬ ਨਹੀਂ ਮੈਨੂੰ ਲੱਗਦਾ ਦੋਨਾਂ ਨੇ ਬਾਦਲ ਸਾਹਿਬ ਨੇ ਸੰਗਤ ਦਰਸ਼ਨ ਚ ਬਾਦਸ਼ਾਹਾਂ ਦੀ ਤਰ੍ਹਾਂ ਉਡਾਇਆ ਐ ਕਿਤੇ ਸਟੇਟਾਂ ਚੱਲਦੀਆਂ ਹੁੰਦੀਆਂ ਨੇ ਲੋਕਤੰਤਰਕ ਸਿਸਟਮ ਦੇ ਵਿੱਚ ਕਿ ਤੁਸੀਂ ਜਾ ਕੇ ਬਹਿ ਗਏ ਵੀ ਇਹਦਾ ਚਾਹ ਦਾ ਕੱਪ ਬਹੁਤ ਚੰਗਾ ਸੀ ਜੀ ਲੱਖ ਰੁਪਈਆ ਹੋਰ ਲੈ ਲੈ ਔਰ ਬਾਦਲ ਸਾਹਿਬ ਸੰਗਤ ਦਰਸ਼ਨ ਚ ਰਿਕਾਰਡਡ ਹੈ ਇਹ ਕਹਿੰਦੇ ਰਹੇ ਪਿੰਡ ਦੇ ਸਰਪੰਚ ਨੂੰ ਵੀ ਆਹ ਚੱਕ 20,00,000 ਰੁਪਇਆ ਪਰ ਲਾ ਵੀ ਦੇਣਾ ਕਾਕਾ ਜੀ ਇਹਦੇ ਚੋਂ ਕੁਛ ਇਹ ਤਾਂ ਮਤਲਬ ਚੀਫ ਮਿਨਿਸਟਰ ਨੂੰ ਪਤਾ ਵੀ ਸਾਰੇ ਨਹੀਂ ਲੱਗਣਗੇ ਤਾਂ ਐਦੋਂ ਵੱਡਾ ਗੁਨਾਹ ਜੇ ਕੋਈ ਵੀ ਬੈਸਟ ਕੰਟਰੀ ਹੁੰਦਾ ਚੀਫ ਮਿਨਿਸਟਰ ਖਿਲਾ ਪਰਚਾ ਦਰਜ ਹੋਇਆ ਹੁੰਦਾ ਅਸੀਂ ਹੱਸ ਕੇ ਸਾਰੇ ਲੋਕਾਂ ਨੇ ਆ ਕੇ ਵੀ ਇਸ ਲੈਵਲ ਦੇ ਅਮਰਿੰਦਰ ਸਿੰਘ ਤਾਂ ਕੰਮ ਹੀ ਨਹੀਂ ਕਰਦੇ ਤਾਂ ਵਿਦਆਊਟ ਕੰਮ ਪੈਸੇ ਲੈ ਰਹੇ ਨੇ ਤੁਸੀਂ ਦੱਸੋ ਕਿ ਕਿੱਥੇ ਖੇਤੀਬਾੜੀ ਕਿਤੇ ਨੋ ਵਰਕ ਨੋ ਪੇ 3 ਸਾਲਾਂ ਦੇ ਵਿੱਚ ਮਲਾਜਮਾਂ ਨੂੰ ਕਹਿੰਦੇ ਨੋ ਵਰਕ ਨੋ ਪੇ ਮੁਲਾਜ਼ਮਾਂ ਨੂੰ ਤਾਂ ਕਹਿ ਦਿੰਦੇ ਨੇ ਪਰ ਇੱਕ ਗੱਲ ਜ਼ਰੂਰ ਇਹ ਸੋਚਣੀ ਪਏਗੀ ਸਾਡੇ ਸੂਬੇ ਨੂੰ ਜਿਹੜੇ ਮੁਲਾਜ਼ਮਾਂ ਦਾ ਵੀ ਪੱਖ ਹੈ ਔਰ ਜਿਹੜੇ ਆਰਗੇਨਾਈਜ਼ਡ ਸੈਕਟਰ ਦੇ ਗਵਰਨਮੈਂਟ ਅਪਲਾਈ ਨੇ ਚਾਹੇ ਉਹ ਅਫਸਰ ਨੇ ਉਹ ਲਗਭਗ 32-33,000 ਕਰੋੜ ਰੁਪਇਆ ਸਾਲ ਦਾ ਤੇ ਸਮੇਤ ਪੈਨਸ਼ਨਾਂ ਸਮੇਤ ਸਾਰਾ ਲੈ ਜਾਣਗੇ ਤੇ ਬਾਕੀ ਕਰਜ਼ੇ ਦੇ ਵਿਆਜ 'ਚ ਜਾਏਗਾ ਬਾਕੀ ਥੋੜ੍ਹਾ ਬਹੁਤ ਹੋਰ 'ਚ ਜਾਏਗਾ ਤੇ ਜਿਹੜਾ ਕੈਪੀਟਲ ਇਨਵੈਸਟਮੈਂਟ ਆਪਾਂ ਕਹਿੰਦੇ ਹਾਂ ਜੋ ਵਿਕਾਸ ਲਈ ਤਾਂ ਪੈਸਾ ਹੀ ਨਹੀਂ ਬਚਣਾ ਹੈ ਨਾ ਔਰ ਕਿਤੇ ਨਾ ਕਿਤੇ ਉਹ ਅਨਆਰਗੇਨਾਈਜ਼ਡ ਸੈਕਟਰ ਕਿੱਧਰ ਜਾਏਗਾ ਜਿਹੜਾ ਗੈਰ ਸੰਗਠਿਤ ਖੇਤਰ ਹੈ ਚਲੋ ਜਿਹੜਾ ਬਹੁਤ ਜ਼ਿਆਦਾ ਕਿਤੇ ਨਾ ਕਿਤੇ ਜਸਟਿਸ ਦਾ ਚਾਹੀਦਾ ਜੇ ਇਨਸਾਫ ਦਾ ਪੈਮਾਨਾ ਚਾਹੀਦਾ ਕਿਤੇ ਨਾ ਕਿਤੇ ਜਾ ਕੇ ਜਿਹੜਾ MLA 5-7 ਵਾਰੀ ਬਣ ਗਿਆ ਉਹਨਾਂ ਨੂੰ ਇਹ ਤਾਂ ਪੁੱਛੋ ਵੀ ਉਹ ਰੋਟੀਆਂ 7 ਵਾਰੀ ਖਾਂਦੇ ਆ ਪੈਨਸ਼ਨ ਇੱਕੋ ਚਾਹੀਦੀ ਹੈ ਉਹਨਾਂ ਨੂੰ ਮੁੜ ਕੇ ਪੈਨਸ਼ਨ ਕਿਉਂ ਮਿਲਦੀ ਹੈ ਪਰ ਇੱਕੋ ਹੀ ਗੱਲ ਮੈਂ ਕਹਿੰਦਾ ਕਿ ਡਿਵੈਲਪਮੈਂਟ ਦਾ ਜਿਹੜੇ ਮਾਡਲ ਦਾ ਕੁਐਸਚਨ ਹੈ ਇਹਦੇ ਬਾਰੇ ਰੀਥਿੰਕ ਕਰਨਾ ਪਏਗਾ ਇਹ ਆਪਣੇ ਆਪ ਚ ਫਾਲਟੀ ਹੈ ਕਿ ਵੱਡੇ ਵੱਡੇ ਪੁਲ ਬਣਾ
वह तो लोग अपनी जेब चो दे रहे सरकार का की है उस हूँ भी सरकार ने एम ओ यू करके टोल कंपनी के नाल हिस्सा पाया सारी दुनिया च तरीका कि जे मैं उन्नी वधिया ते ना चलो मैं कहां भी मेरे को समा आएगा मैं उड्डी वधिया ते नहीं जाऊंगा मेरे लिए रस्ता तो छड्डो अमीर सिंह जी क्लोज करनी है डिबेट बजट पेश करना हुण पंजाब सरकार ने बजट विच की रखणगे ये तो आ नोट्स रखणगे नोट्स की कापी बजट में रखेंगे कि संकट है जी वित्तीय संकट है होर चार पांच ऐलान कर देंगे उस कुछ नहीं होगा जिवें पिछले बजट च ऐलान किया 3000 करोड़ रुपया माफ कर देंगे जिन्हों का समुचा कर्जा जिहड़े सुसाइड कर गए एक नवा पैसा नहीं मनप्रीत बादल नवा की कहेंगे जो उन्होंने पहला बजट पेश किया मैंने याद है सदन के उन्हें खड़ के कहा कि जी एस टी ना पंजाब नूं बहुत फायदा होने वाला तो यकम शब्द जो वरतते हैं हुण कौन सा शब्द वरतणगे तो हूँ वो कहे भी जी जी एस टी से धोखा होने वाला पंजाब होर की है कहना ही है ना और चार शेयर बोल देंगे होर लिया के उठ दो बहुत बहुत धन्यवाद हमीर सिंह जी तुहाडा खोसला साहब तुहाडा बहुत धन्यवाद थेड़ी साहब तुहाडा बहुत धन्यवाद चावला साहब तुहाडा बहुत धन्यवाद इस डिबेट में जी चिंता जाहिर की गई है उनके बहुत सारे सवाल है जिहड़े तुहाडे सामने साढ़े सामने आ गए है कि असी जिहड़े सियासतदानां नूं पेंशन मिलती है जां उन्हां नूं भत्ती मिलती उन्होंने विरोधी नहीं है पर उन्होंने किस तरीके मिलती है ये भी देखना पवेगा इस एड्रैस करना पवेगा जे पंजाब के खजाने से संकट है गया तो विकास कार्यों पर कट ला के कुछ नहीं होना गा आपके पत्तियां आपके लालचों पर भी कट लाना पवेगा उत्थे भी सोचना पवेगा असी जो मते पाने उदो इको दम जिवें थेड़ी साहब कहिंदे ताड़ियां मार के पास हो जाता हुण ताड़ी मारन का वेला नहीं है ताड़ी दो हाथों नाल वजदी हैगी है ताड़ी जनता भी मार रहेगी तुहाडे नाल खड़ेगी पंजाब तुहाडे नाल खड़ा हैगा जे पंजाब विच इहो जी स्थिति हैगी है पर तुहानू भी अगे वधना पवेगा ताड़ी लई तुहानू भी हथ वधाउणा पवेगा तुसीं आपदे पत्तियां ते रोकां लाओ जे नहीं लाओगे तो फिर ये डिबेट है जिहड़ी तुसीं जिहड़ी खड़ी कीती हैगी डिबेट इत्थों तक सीमित रह जूगी क्योंकि तुसीं उत्थे तां चाहुंदे नहीं जिथे डिबेट होनी चाहिए है जे उत्थे डिबेट होगी फिर तुहाडे ते भी रोकां लगनगियां मैं इंतजार करूँगा 117 विधायकों के विचों कोई शायद एक खड़ा होकर कह दे कि सानू इन्नियां पेंशनां नहीं मिलनियां चाहीदियां जो वह सामने आ जाएगा उस डिबेट के उस डिबेट चो उस एम एल ए मैं इतने इस मंच से जरूर लैके आऊँगा पर पता नहीं मैनू किन्ना इंतजार करना पवेगा बहुत धन्यवाद।